ਨਮਸਕਾਰ, ਸਤਿ ਸ਼੍ਰੀ ਅਕਾਲ। ਜਸ ਬ੍ਰੌਡਕਾਸਟਿੰਗ ਦੇ ਸਾਰੇ ਦਰਸ਼ਕਾਂ ਦਾ, ਦੁਨੀਆ ਭਰ ਦੇ ਵਿੱਚ ਜਿੱਥੇ ਕਿਤੇ ਵੀ ਤੁਸੀਂ ਸਾਨੂੰ ਦੇਖ ਰਹੇ ਹੋ, ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦਾ ਮੁੱਦਾ ਇਸ ਵੇਲੇ ਈਸਟ, ਯਾਨੀ ਕਿ ਮਸ਼ਰਕ ਦੇ ਵਿੱਚ ਸਮਾਂ ਹੋ ਰਿਹਾ ਸਹੀ ਰਾਤ ਦੇ 9:30 ਅਤੇ ਮਗਰਬ ਦੇ ਵਿੱਚ ਯਾਨੀ ਕਿ ਪੱਛਮੀ ਸਾਹਿਲਾਂ 'ਤੇ ਇਸ ਵੇਲੇ ਸਮਾਂ ਹੋ ਰਿਹਾ 6:30 ਨੇ ਸ਼ਾਮ ਦੇ। ਅਤੇ ਅੱਜ ਦਾ ਜਿਹੜਾ ਮੁੱਦਾ ਉਹ ਬਹੁਤ ਗੰਭੀਰ ਕਿਸਮ ਦਾ ਮੁੱਦਾ। ਅਸੀਂ ਸਮੇਂ ਸਮੇਂ 'ਤੇ ਜਿਹੜੀਆਂ ਤੰਦਾਂ ਨੇ ਅਜਿਹੇ ਮੁੱਦਿਆਂ ਦੀਆਂ ਤੁਹਾਡੇ ਦਰਮਿਆਨ ਖੋਲ੍ਹਦੇ ਰਹਿੰਦੇ ਹਾਂ। ਅਤੇ ਅੱਜ ਦਾ ਜਿਹੜਾ ਮੁੱਦਾ ਹੈ, ਅਤੇ ਸਾਰੇ ਮੈਨੂੰ ਲੱਗਦਾ ਕਿ ਜਿਹੜੇ ਜਸ ਬ੍ਰੌਡਕਾਸਟਿੰਗ ਦੇ ਦਰਸ਼ਕ ਨੇ ਚਿੰਤਕ ਕਿਸਮ ਦੇ ਹੋ ਗਏ ਨੇ, ਅਤੇ ਉਹਨਾਂ ਨੂੰ ਦੱਸਦੇ ਹਾਂ ਕਿ ਅਸੀਂ ਜਿਸ ਨੁਕਤੇ 'ਤੇ ਗੱਲ ਕਰਨ ਵਾਲੇ ਹਾਂ ਉਹ ਹੈ ਪੰਜਾਬੀ ਕੌਮੀਅਤ ਦਾ ਸੰਕਲਪ ਅਤੇ ਹਿੰਦੂ, ਹਿੰਦੂਜ਼ ਐਂਡ ਕੰਸੈਪਟ ਆਫ ਪੰਜਾਬ ਨੇਸ਼ਨ। ਇਹ ਬਹੁਤ ਗੰਭੀਰ ਕਿਸਮ ਦਾ ਵਿਸ਼ਾ ਹੈ, ਅਤੇ ਅਸੀਂ 2 ਦਿਨ ਪਹਿਲਾਂ ਵੀ 3 ਦਿਨ ਪਹਿਲਾਂ ਵੀ ਇਸ ਦੇ ਉੱਤੇ ਗੱਲਬਾਤ ਕੀਤੀ ਸੀ। ਅਤੇ ਅੱਜ ਮੈਂ ਤੁਹਾਨੂੰ ਦੱਸਦੇ ਹਾਂ ਕਿ ਇੱਕ ਸਾਡੇ 'ਚ ਅਜ਼ੀਮ ਸ਼ਖਸੀਅਤ ਜਿਸ ਨੂੰ ਸਿੱਖ ਵੀ ਪਿਆਰ ਕਰਦੇ ਨੇ ਅਤੇ ਕੁਝ ਹਿੰਦੂ ਵੀ ਪਿਆਰ ਕਰਦੇ ਨੇ। ਕੁਝ ਹਿੰਦੂ ਇਸ ਕਰਕੇ ਕਿਹਾ ਕਿ ਸ਼ਾਇਦ ਪੰਜਾਬ ਦੇ ਹਿੰਦੂ ਉਹਨਾਂ ਨੂੰ ਉਸ ਤਰੀਕੇ ਨਾਲ ਪਸੰਦ ਨਾ ਕਰਦੇ ਹੋਣ ਜਿੰਨਾ ਅਸੀਂ ਕਰਦੇ ਹਾਂ ਅਤੇ ਤੁਸੀਂ ਕਰਦੇ ਹੋ। ਉਹਨਾਂ ਦਾ ਨਾਮ ਹੈ ਡਾਕਟਰ ਪਿਆਰੇ ਲਾਲ ਗਰਗ। ਜੇ ਉਹਨਾਂ ਦੀ ਸ਼ਖਸੀਅਤ ਬਾਰੇ ਜਾਂ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਜਾਂ ਉਹਨਾਂ ਦੀ ਜੋ ਦੇਣ ਹੈ ਉਹਦੇ ਬਾਰੇ ਗੱਲ ਕਰਨ ਲੱਗਾ ਤਾਂ ਮੈਨੂੰ ਲੱਗਦਾ ਕਿ ਕਾਫੀ ਦੇਰ ਹੋ ਜਾਏਗੀ, 5 ਮਿੰਟ ਲੱਗ ਜਾਣਗੇ ਪੂਰੇ ਘੱਟੋ ਘੱਟ। ਅਤੇ ਮੈਂ ਇਹ 5 ਮਿੰਟ ਦਾ ਸਮਾਂ ਖਰਾਬ ਨਹੀਂ ਕਰਨਾ ਚਾਹੁੰਦਾ, ਸਿੱਧਾ ਉਹਨਾਂ ਨੂੰ ਮੁਖਾਤਬ ਹੁੰਦੇ ਹਾਂ, ਸਵਾਗਤ ਕਰਦੇ ਹਾਂ ਉਹਨਾਂ ਦਾ। ਗਰਗ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਵਾਗਤ ਹੈ ਜਸ ਬ੍ਰੌਡਕਾਸਟਿੰਗ ਦੇ ਕੈਲੀਫੋਰਨੀਆ ਦੇ ਸਟੂਡੀਓ 'ਚ ਤੁਹਾਡਾ। ਸ਼ੁਕਰੀਆ। ਪੰਜਾਬੀ ਕੌਮੀਅਤ ਦਾ ਸੰਕਲਪ ਅਤੇ ਹਿੰਦੂ, ਇਹ ਅੱਜ ਦਾ ਮੁੱਦਾ, ਕਾਫੀ ਗੰਭੀਰ ਕਿਸਮ ਦਾ ਮੁੱਦਾ। ਬਿਲਕੁਲ ਠੀਕ ਹੈ ਜੀ, ਬਹੁਤ ਜ਼ਰੂਰੀ ਵੀ ਹੈ। ਹਾਂ ਬਿਲਕੁਲ, ਜ਼ਿਆਦਾ ਖਿਲਾਰਾ ਨਹੀਂ ਪਾਉਂਦੇ ਹੈਗੇ, ਠੀਕ ਹੈ, ਸਿੱਧਾ ਸਵਾਲ ਜਵਾਬ ਸ਼ੁਰੂ ਕਰਦੇ ਹਾਂ। ਹਾਂਜੀ। ਸਵਾਲ ਹੈ ਕਿ ਪੰਜਾਬੀ ਹਿੰਦੂਆਂ ਦੀ ਜਿਹੜੀ ਪੰਜਾਬੀ ਕੌਮੀ ਸੰਕਲਪ ਅਤੇ ਜਿਹੜੀ ਚੇਤਨਤਾ, ਉਹਦੇ ਤੋਂ ਇਨਕਾਰੀ ਕਿਉਂ ਨੇ ਅਤੇ ਉਹਨਾਂ ਦਾ ਭਾਰਤੀ ਰਾਸ਼ਟਰੀਵਾਦਤਾ ਵੱਲ ਝੁਕਾਅ ਕਿਉਂ ਹੈ? ਦੇਖੋ, ਜਿੱਥੋਂ ਤੱਕ ਸਵਾਲ ਹੈ ਵੀ ਕੋਈ ਵੀ ਵਿਅਕਤੀ ਦਾ ਜੇ ਅਸੀਂ ਦੇਖੀਏ ਜਾਂ ਕੋਈ ਕੌਮ ਦੇਖੀਏ, ਉਹ ਆਪਣੇ ਆਪ 'ਚ ਆਪਣੀ ਬੋਲੀ ਨੂੰ ਜਾਂ ਆਪਣੇ ਖਿੱਤੇ ਨੂੰ ਨਕਾਰਦੀ ਨਹੀਂ ਹੈ। ਉਹਦੇ ਵਿੱਚ ਸਿਆਸਤ ਦਾ, ਕਈ ਵਾਰੀ ਧਾਰਮਿਕ ਜਿੰਨਾ ਜਿਹੜੀ ਨੇਤਾਗਰੀ ਹੈ ਉਹਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਪੰਜਾਬ ਦੇ ਵਿੱਚ ਪੰਜਾਬੀ ਹਿੰਦੂਆਂ ਦੇ ਪ੍ਰਤੀ ਜਿਹੜੀ ਭੂਮਿਕਾ ਕਿ ਪੰਜਾਬੀ ਹਿੰਦੂ ਪੰਜਾਬੀ ਨੂੰ, ਪੰਜਾਬ ਨੂੰ ਉਸ ਰੂਪ ਦੇ ਵਿੱਚ, ਇਹ ਨਹੀਂ ਮੈਂ ਕਹਾਂਗਾ ਵੀ ਪੰਜਾਬੀ ਸਾਰੇ ਹਿੰਦੂ ਨਹੀਂ ਪਿਆਰ ਕਰਦੇ, ਐਸੀ ਗੱਲ ਨਹੀਂ ਹੈ, ਬਿਲਕੁਲ ਸਹੀ ਹੈ। ਅਤੇ ਪੰਜਾਬ ਨੂੰ ਜਿੰਨਾ ਯਕਜਹਿਤੀ ਨਾਲ, ਜਿੰਨੀ ਏਕਤਾ ਦੇ ਨਾਲ ਇਕੱਠੇ ਹੋ ਕੇ ਪੰਜਾਬੀ ਵਾਸਤੇ ਗੱਲ ਕਰਨੀ ਸੀ ਉਹ ਨਹੀਂ ਕਰ ਰਹੇ। ਉਹਦੇ ਵਿੱਚ ਵੱਡਾ ਕਾਰਨ ਸ਼ੁਰੂ 'ਚ ਹੀ ਆਜ਼ਾਦੀ ਤੋਂ ਬਾਅਦ, ਹਾਲਾਂਕਿ ਆਜ਼ਾਦੀ ਤੋਂ ਬਾਅਦ ਜਦੋਂ ਉਧਰੋਂ ਆਈ ਕਾਠਵਾੜ ਹੋ ਕੇ ਬਹੁਤ ਸਾਰੀ ਹਿੰਦੂ ਪਾਪੂਲੇਸ਼ਨ ਵਾਈ, ਸਿੱਖ ਵੀ ਆਏ, ਹਿੰਦੂ ਸਿੱਖ ਉਦੋਂ ਕੋਈ ਇੰਨਾ ਵੱਡਾ ਝਗੜਾ ਨਹੀਂ ਸੀ ਹਿੰਦੂਆਂ ਸਿੱਖਾਂ ਦਾ ਆਪਸ ਵਿੱਚ, ਉਹਨਾਂ ਨੇ ਰਲ ਕੇ ਇਹ ਜਿਹੜਾ ਸੀ ਰੀਹੈਬਿਲੀਟੇਸ਼ਨ, ਮੁੜ ਵਸਾਓ ਜਿਹੜਾ ਸੀ ਵਸੇਬਾ, ਉਦੋਂ ਇਕੱਠੇ ਕਰਿਆ ਪੰਜਾਬ ਨੂੰ ਵਸਦਾ ਕਰਿਆ। ਪਰ ਕਿਉਂਕਿ 2 ਭਾਸ਼ੀ ਫਾਰਮੂਲਾ, ਬਲਕਿ 3 ਭਾਸ਼ੀ, ਅੰਗਰੇਜ਼ੀ, ਹਿੰਦੀ, ਪੰਜਾਬੀ, ਅਸੀਂ ਪੜ੍ਹਦੇ ਸੀ ਵੀ ਸਾਨੂੰ ਜਿਹੜੀ ਪੰਜਾਬੀ ਦੀ ਕਿਤਾਬ ਲੱਗਦੀ ਸੀ ਉਹ 'ਤੇ ਜੇ 8ਵੀਂ ਲਿਖਿਆ ਹੋਇਆ ਤਾਂ ਹਰਿਆਣੇ ਵਾਲਿਆਂ ਦੇ ਉਹ ਲੱਗਦੀ ਸੀ, ਅੱਗੇ ਜਾ ਕੇ ਸਾਡੀ 5ਵੀਂ ਵਾਲੀ ਉੱਥੇ ਲੱਗਦੀ ਸੀ ਉਹਨਾਂ ਦੀ ਸਾਡੀ। ਉਹਦੇ ਵਿੱਚ 1961 ਦੀ ਜਿਹੜੀ ਮਰਦਮਸ਼ੁਮਾਰੀ ਹੈ ਉਹ ਇੱਕ ਬਹੁਤ ਵੱਡਾ ਇਕਾਰੀਆ ਸਮਾਜ ਦਾ ਜਿਹੜਾ ਸੰਕਲਪ ਸੀ ਪੰਜਾਬ 'ਚ, ਉਹਦਾ ਇੱਕ ਬਹੁਤ ਵੱਡੀ ਸਮੱਸਿਆ ਸਾਡੇ ਸਾਹਮਣੇ। ਜਿਹੜਾ ਆਰੀਆ ਸਮਾਜ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਆਪਾਂ ਸਾਰੇ ਜਾਣਦੇ ਹਾਂ ਸਤਾਰਸ ਪ੍ਰਕਾਸ਼ ਹੋਰ ਸਾਰਾ ਕੁਛ ਆਪਾਂ ਜਾਣਦੇ ਹਾਂ, ਬਹੁਤਾ ਮੈਂ ਵਿਸਥਾਰ 'ਚ ਨਹੀਂ ਜਾਵਾਂਗਾ। ਹਾਂਜੀ, ਆਰੀਆ ਸਮਾਜ ਨੇ ਸ਼ੁਰੂ ਤੋਂ ਪੰਜਾਬ ਨੂੰ ਪੰਜਾਬ ਆਪਣਾ ਨਹੀਂ ਮੰਨਿਆ, ਪੰਜਾਬੀ ਭਾਸ਼ਾ ਨੂੰ ਆਪਣੀ ਭਾਸ਼ਾ ਨਹੀਂ ਮੰਨਿਆ। ਤੁਹਾਡੇ ਕਹਿਣ ਦਾ ਭਾਵ ਇਹ ਹੈ, ਉਂਗਲ ਰੱਖ ਰਹੇ ਤੁਸੀਂ ਆਰੀਆ ਸਮਾਜ ਪੁਆੜੇ ਦੀ ਜੜ੍ਹ, ਉਸ ਵਕਤ ਦਾ, ਉਸ ਵਕਤ ਦਾ, ਉਸ ਤੋਂ ਅੱਗੇ ਹੁਣ ਤਾਂ ਆਰੀਆ ਸਮਾਜ ਦੇ ਉੱਥੇ ਬੰਦੇ ਹੀ ਨਹੀਂ ਰਹੇ ਉਸ ਤਰੀਕੇ ਨਾਲ। ਆਰੀਆ ਸਮਾਜ ਦੇ ਠੀਕ, ਆਰੀਆ ਸਮਾਜ ਦੇ ਮੰਦਰ ਹੈਗੇ ਨੇ, ਉਹਨਾਂ ਦੇ ਆਪਣੇ ਆਰੀਆ ਕਾਲਜ ਹੈਗੇ ਨੇ, ਸਕੂਲ ਹੈਗੇ ਨੇ, ਪਰ ਹੁਣ ਉਸ ਲੈਵਲ ਦਾ ਨਹੀਂ। ਉਹ ਮਾਨਸਤਾ ਉਦੋਂ ਆਰੀਆ ਸਮਾਜ ਦੇ ਰਾਹੀਂ ਚੱਲੀ, ਉਹਨਾਂ ਨੇ ਕਿਹਾ ਵੀ ਤੁਸੀਂ ਆਪਣੀ ਭਾਸ਼ਾ ਹਿੰਦੀ ਦਿਖਾਓ, ਜਦਕਿ ਪੰਜਾਬ ਦਾ ਹਿੰਦੂ ਤਾਂ ਹਿੰਦੀ ਬੋਲਦਾ ਨਹੀਂ। ਮੈਂ ਇਹਦੀ ਛੋਟੀ ਜਿਹੀ ਉਦਾਹਰਨ ਦਿੰਦਾ ਵੀ ਇਹ ਜਿਵੇਂ ਜਿਹੜੀ ਉਹ ਆਈ ਗੱਲ, ਇੱਕ ਤਾਂ ਗੁਰਦਾਸਪੁਰ ਮੈਂ ਪੋਸਟਡ ਹੁੰਦਾ, 1980 ਦੀ ਗੱਲ ਹੈ, ਮੈਨੂੰ ਜਾਬਤਾ ਕਰਕੇ ਸਰਕਾਰ ਨੇ ਭੇਜਤਾ ਉੱਥੇ, ਸਾਰਾ ਮੈਨੂੰ ਕੋਈ ਹਿੰਦੀ ਬੋਲਦਾ ਨਹੀਂ ਲੱਭਿਆ ਹਿੰਦੂ ਉੱਥੇ ਸ਼ਹਿਰ ਜਿਹੜਾ, ਉੱਥੇ ਹਿੰਦੂ ਬਹੁਤ ਜ਼ਿਆਦਾ, ਡੋਗਰੀ ਟੱਚ ਵਾਲੀ, ਹਾਂ ਪੰਜਾਬੀ ਬੋਲਦੇ ਸੀ ਡੋਗਰੀ ਟੱਚ ਵਾਲੀ, ਪਰ ਜਿੰਨੇ RSS ਵਾਲੇ ਸੀ ਇਹ ਆਪਦੇ ਜਿੰਨੇ ਪਰਚੇ ਕੱਢਦੇ ਸੀ ਉਹ ਸਾਰੇ ਦੇਵਨਾਗਰੀ ਲਿਪੀ 'ਚ ਕੱਢਦੇ ਸੀ। ਭਾਸ਼ਾ ਪੰਜਾਬੀ ਹੈ, ਲਿਪੀ ਦੇਵਨਾਗਰੀ ਹੈ, ਆਪਦੀ ਬੋਲੀ ਕਹਿੰਦੇ ਨੇ ਹਿੰਦੀ ਹੈ,
ਮੇਰੀ ਇੱਕ ਬੜੇ ਚੰਗੇ ਪ੍ਰੋਫੈਸਰ ਹੈੱਡ ਅਰਥਸ਼ਾਸਤਰੀ ਉਹਨਾਂ ਨਾਲ ਚਰਚਾ ਹੋਈ, ਕਹਿੰਦੇ ਸਾਡੇ ਤਾਂ ਬੋਲੀ ਹਿੰਦੀ ਆ ਮਾਤ ਭਾਸ਼ਾ, ਬੋਲਦੇ ਪੰਜਾਬੀ ਨੇ, ਮੈਨੂੰ ਪੰਜਾਬੀ 'ਚ ਕਹਿ ਰਹੇ ਨੇ ਕਿ ਸਾਡੀ ਮਾਤ ਭਾਸ਼ਾ ਹਿੰਦੀ ਹੈ। ਇਹ ਤਾਂ ਤੁਸੀਂ ਆਪੇ, ਮੈਂ ਕਿਹਾ ਜੀ ਤੁਹਾਡੀ ਹਿੰਦੀ ਕਿਵੇਂ ਹੋਈ? ਕਹਿੰਦੇ ਸਾਡੇ ਗ੍ਰੰਥ ਹਿੰਦੀ 'ਚ ਨੇ। ਮੈਂ ਛੋਟੀ ਜਿਹੀ ਤਾਂ ਦੱਸਦਾ ਕਿੱਥੋਂ ਐਂ ਭਰੀ ਹੋਈ ਆ ਆਰੀਆ ਸਮਾਜ, ਸਾਡੇ ਗ੍ਰੰਥ ਹਿੰਦੀ 'ਚ ਨੇ। ਮੈਂ ਕਿਹਾ ਜੀ ਗ੍ਰੰਥ ਹਿੰਦੀ 'ਚ ਹੈ ਹੀ ਨਹੀਂ, ਉਹ ਤਾਂ ਸੰਸਕ੍ਰਿਤ ਸੀਗੇ, ਇਹ ਤਾਂ ਹਿੰਦੀ 'ਚ ਤਾਂ ਟ੍ਰਾਂਸਲੇਸ਼ਨ ਹੋਈ ਹੈ, ਉਹ ਤਾਂ ਫਿਰ ਪੰਜਾਬੀ 'ਚ ਵੀ ਹੈਗੇ ਨੇ। ਜਾਂ ਤੁਹਾਨੂੰ ਮੈਂ ਗੀਤਾ ਲਿਆ ਦਿੰਦਾ ਪੰਜਾਬੀ 'ਚ, ਮੈਂ ਤੁਹਾਨੂੰ ਭਗਤ ਪੁਰਾਣ ਪੰਜਾਬੀ 'ਚ ਲੈ ਦੇਣਾ, ਸਾਰਾ ਕੁਛ ਹੈ, ਸਾਰਾ ਕੁਛ ਹੀ ਪੰਜਾਬੀ 'ਚ ਉਪਲਬਧ ਹੈ। ਮਹਾਭਾਰਤ, ਰਮਾਇਣ ਸਾਰੇ ਪੰਜਾਬੀ 'ਚ ਮਿਲਦੇ ਨੇ, ਮਿਲਦੇ ਨੇ, ਔਰ ਮੈਂ ਰੱਖੇ ਹੋਏ ਨੇ, ਮੈਂ ਪੜ੍ਹਦਾ ਰਹਿਣਾ। ਸੋ ਇਹ ਤਾਂ ਨਾ ਹੋਇਆ। ਫਿਰ ਕੋਈ ਸਮਾਂ ਸੀ ਪਟਿਆਲੇ ਰਾਮਲੀਲਾ ਵੀ ਪੰਜਾਬੀ 'ਚ, ਪੰਜਾਬੀ 'ਚ ਹੁੰਦੀ ਸੀ, ਬਿਲਕੁਲ ਠੀਕ ਹੈ, ਸਾਡੇ ਪਿੰਡਾਂ 'ਚ ਹੁੰਦੀ ਸੀ, ਪਟਿਆਲਾ ਤਾਂ ਛੱਡੋ, ਸਾਡੇ ਪਿੰਡਾਂ 'ਚ ਰਾਮਲੀਲਾ ਹੁੰਦੀ ਉਹ ਪੰਜਾਬੀ 'ਚ ਸੀ। ਸੋ ਪੰਜਾਬੀ ਜਿਹੜੀ ਹੈ ਉਹ ਕਹਿੰਦੇ ਜੀ ਪਹਿਲਾਂ ਗ੍ਰੰਥਾਂ ਦੀ ਗੱਲ ਕਰੀ, ਜਦ ਉਹ ਗ੍ਰੰਥਾਂ ਦੀ ਗੱਲ ਦੇ ਉੱਤੇ ਉਹਨਾਂ ਦੇ ਕੋਈ ਜਵਾਬ ਨਾ ਰਿਹਾ, ਫਿਰ ਕਹਿੰਦੇ ਦੇਖੋ ਅਸੀਂ ਹਿੰਦੂ ਹਾਂ ਨਾ, ਇਸ ਕਰਕੇ ਸਾਡੀ ਭਾਸ਼ਾ ਤਾਂ ਹਿੰਦੀ ਹੋਈ। ਮੈਂ ਜੀ ਭਾਸ਼ਾ ਤਾਂ ਹਿੰਦੂਆਂ ਦੀ, ਤਾਂ ਹਿੰਦੂ ਤਾਂ ਉੜੀਆ ਵੀ ਬੋਲਦੇ ਨੇ, ਹਿੰਦੂ ਤਾਂ ਤੇਲਗੂ ਵੀ ਬੋਲਦੇ ਨੇ, ਹਿੰਦੂ ਤਾਂ ਅਸਾਮੀ ਵੀ ਬੋਲਦੇ ਨੇ, ਹਿੰਦੂ ਤਾਂ ਤਾਮਿਲ ਵੀ ਬੋਲਦੇ ਨੇ, ਹਿੰਦੂ ਤਾਂ ਕਸ਼ਮੀਰੀ ਵੀ ਬੋਲਦੇ ਨੇ। ਤੇ ਹਿੰਦੂਆਂ ਦੀਆਂ ਤਾਂ ਕਿੰਨੀਆਂ ਭਾਸ਼ਾ ਨੇ, ਕੋਈ ਭੋਜਪੁਰੀ ਹੈ, ਕੋਈ ਰਾਜਸਥਾਨੀ ਹੈ, ਕੋਈ ਹਰਿਆਣਵੀ ਹੈ, ਇਹ ਹਿੰਦੂਆਂ ਨਾਲ ਤਾਂ ਕੋਈ ਗੱਲ ਨਾ ਜੁੜੀ ਹੋਈ। ਹਾਂਜੀ। ਫਿਰ ਜਿੱਥੋਂ ਤੱਕ ਸਵਾਲ, ਮੈਂ ਕਿਹਾ ਜੀ ਚਲੋ ਛੱਡੋ ਤੁਸੀਂ, ਆਪਾਂ ਮਾਤ ਭਾਸ਼ਾ ਕਹਿੰਦੇ ਕਿਹਨੂੰ ਆ, ਠੀਕ ਹੈ, ਮਾਂ ਬੋਲੀ ਕਿਹਨੂੰ ਕਹਿੰਦੇ ਆ, ਬਿਲਕੁਲ। ਫਿਰ ਦੇਖਣਾ ਮੈਂ, ਜਿਹੜੀ ਅਸੀਂ ਆਪਦੀ ਮਾਂ ਤੋਂ ਸਿੱਖਦੇ ਉਹਨੂੰ ਹੀ ਕਹਿੰਦੇ ਆ ਨਾ, ਤੇ ਮਾਂ ਦੀ ਗੋਦੀ 'ਚ ਬੈਠ ਕੇ ਜਿਹੜੀਆਂ ਲੋਰੀਆਂ ਹੁੰਦੀਆਂ ਨੇ ਪੰਜਾਬੀ, ਤੁਹਾਡੇ ਮਾਤਾ ਜੀ ਵੀ ਦੱਸ ਦਿਓ ਜੇ ਹਿੰਦੀ ਬੋਲਦੇ ਸੀ ਮੈਨੂੰ, ਮੇਰੇ ਮਾਤਾ ਜੀ ਤਾਂ ਹਿੰਦੀ ਬੋਲਦੀ ਨਹੀਂ, ਉਹਨੂੰ ਹਿੰਦੀ ਆਉਂਦੀ ਹੋਈ ਨਹੀਂ, ਇਹੀ ਕਾਰਨ ਹੈ ਕਿ ਮੈਨੂੰ ਨਹੀਂ ਹਿੰਦੀ ਬੋਲਣੀ ਆਉਂਦੀ। ਮੈਂ ਸੱਚੀ ਗੱਲ ਕਹਿਣਾ, ਮੈਂ ਹਿੰਦੀ ਪੜ੍ਹੀ ਹੈ, ਜੇ ਮੈਨੂੰ ਕੋਈ ਫਲੂਐਂਟ ਤੁਸੀਂ ਹਿੰਦੀ ਦੇ ਵਿੱਚ, ਮੈਂ ਅੰਗਰੇਜ਼ੀ 'ਚ ਭਾਸ਼ਣ ਕਰਦਾਂਗਾ ਫਟਾਫਟ, ਪੰਜਾਬੀ 'ਚ ਕਰਦਾਂਗਾ, ਸੋ ਮੇਰੀ ਪਹਿਲ ਪੰਜਾਬੀ ਹੋਏਗੀ, ਦੂਜੀ ਜੇ ਮੈਂ ਕਰਨੀ ਹੋਊ ਤਾਂ ਅੰਗਰੇਜ਼ੀ ਹੋਊਗੀ, ਹਿੰਦੀ ਤਾਂ ਮੈਨੂੰ ਧੱਕੇ ਨਾਲ ਬੋਲਣੀ ਪਊ। ਸੋ ਮੈਂ ਜਿਹੜਾ ਕਹਿਣਾ ਵੀ ਪੰਜਾਬ ਦਾ ਜਿਹੜਾ ਹਿੰਦੂ 1961 'ਚ, ਜਦ ਆਪਾਂ ਹਿਸਟਰੀ ਨੂੰ ਦੇਖਦੇ ਹਾਂ, ਉਦੋਂ ਪਹਿਲਾਂ ਇੰਨਾ ਡਿਵੀਜ਼ਨ ਨਹੀਂ ਸੀ, ਕਿਉਂਕਿ ਜਦ ਹਿੰਦੂ ਮਹਾਂਸਭਾ ਬਣੀ, ਹਿੰਦੂ ਮਹਾਂਸਭਾ ਨੇ ਅਸਲ 'ਚ 1919 'ਚ, ਜਿਹਦੀ ਬੈਕਗਰਾਊਂਡ ਹੋਰ ਜਾਵਾਂ ਮੈਂ, 1919 'ਚ ਜਦ ਜਲ੍ਹਿਆਂਵਾਲਾ ਕਾਂਡ ਦੇ ਵਿੱਚ, ਜਲ੍ਹਿਆਂਵਾਲੇ ਬਾਗ ਦੇ ਵਿੱਚ ਹਿੰਦੂਆਂ ਮੁਸਲਮਾਨਾਂ ਸਿੱਖਾਂ ਦਾ ਇਕੱਠਾ ਖੂਨ ਵੰਡਿਆ, ਜਦ ਹਿੰਦੂ ਪਾਣੀ ਮੁਸਲਮਾਨ ਪਾਣੀ ਜਿਹੜਾ ਵੰਡਿਆ ਹੋਇਆ ਸੀ ਅੰਗਰੇਜ਼ ਨੇ, ਉਹ ਇਕੱਠਾ ਹੋ ਗਿਆ, ਜਦ ਰਾਮਨੌਮੀ ਦੇ ਉੱਤੇ ਹਿੰਦੂ ਮੁਸਲਮਾਨ ਅੱਗੇ ਹੁੰਦੇ ਨੇ, ਅਤੇ ਜਦ ਈਦ ਦੇ ਉੱਤੇ ਹਿੰਦੂ ਨਾਲ ਰਲ ਕੇ ਮਨਾਉਂਦੇ ਨੇ, ਤਾਂ ਅੰਗਰੇਜ਼ ਨੂੰ ਲੱਗੇ ਵੀ ਤਾਂ ਕੰਮ ਖਰਾਬ ਹੋ ਗਿਆ। ਚਾਹੇ ਉਹਨਾਂ ਨੇ ਉਹਨੂੰ ਜਿਹੜਾ ਸੀ ਰੈਜੀਨਲ ਡਾਇਰ, ਉਹਨੂੰ ਡਿਸਆਰਮ ਕਰਤਾ, ਪਰ ਉਹ ਐਂ ਨਹੀਂ ਹੈ ਵੀ ਅੰਗਰੇਜ਼ ਭੁੱਲ ਗਿਆ ਇਸ ਗੱਲ ਨੂੰ। ਤੁਸੀਂ ਤੁਸੀਂ ਪੁਆਇੰਟ 'ਤੇ ਆ ਰਹੇ ਹੋ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਰਿਸਰਚ ਵੀ ਕੀਤੀ ਹੋਊਗੀ, ਥਿਓਸੋਫਿਕਲ ਸੋਸਾਇਟੀ ਦਾ ਕੋਈ ਹੱਥ ਹੈ ਇਹਦੇ 'ਚ? ਬੜਾ ਖੁਸ਼ ਹੈ ਮੈਂ ਜਿਹੜੀ ਗੱਲ 'ਤੇ ਆਉਣਾ, ਅਸਲੀ ਗੱਲ 'ਤੇ ਵੀ, ਜਦ ਇਹ ਜਲ੍ਹਿਆਂਵਾਲੇ ਕਾਂਡ ਤੋਂ ਉਹਨਾਂ ਨੇ ਫੈਸਲਾ ਕਰ ਲਿਆ ਆਪਾਂ ਇਹਨਾਂ ਨੂੰ ਡਿਵਾਈਡ ਕਰਨਾ, ਹੁਣ ਡਿਵਾਈਡ ਕਰਨ ਦੇ ਦੋ ਹੀ ਤਰੀਕੇ ਨੇ, ਇੱਕ ਧਰਮ ਦੇ ਆਧਾਰ 'ਤੇ, ਇੱਕ ਬੋਲੀ ਦੇ ਆਧਾਰ 'ਤੇ, ਠੀਕ ਹੈ। ਉੱਥੇ ਇਹਨਾਂ ਨੂੰ ਇੱਕ ਪਾਸੇ ਹਿੰਦੂ ਮਹਾਂਸਭਾ ਮਿਲ ਗਈ, ਵੀਰ ਸਵਰਕਰ ਹਿੰਦੂ ਮਹਾਂਸਭਾ ਦਾ ਵੱਡਾ ਨੁਮਾਇੰਦਾ ਬਣਿਆ, ਜਦਕਿ ਉਹ ਪਹਿਲਾਂ ਨਹੀਂ ਸੀ ਇਸ ਤਰ੍ਹਾਂ। 1911 ਤੱਕ ਮਾਫੀ ਮੰਗ ਕੇ ਆਉਣ ਤੋਂ ਬਾਅਦ ਉਹ ਵੱਡਾ ਲੀਡਰ ਬਣਾ ਕੇ ਉਭਾਰਿਆ ਗਿਆ, ਹਾਂ ਉਭਾਰਿਆ ਬਾਅਦ 'ਚ ਗਿਆ, ਪਰ 1911 ਤੋਂ ਹੀ ਉਹਦਾ ਆਈਡੀਆ ਚੇਂਜ ਹੋਣਾ ਸ਼ੁਰੂ ਹੋ ਗਿਆ, ਜਦੋਂ ਕੈਦ ਹੋ ਗਿਆ, ਉਦੋਂ ਪਹਿਲਾਂ ਰੈਵੋਲਿਊਸ਼ਨ ਨਹੀਂ ਸੀ, ਜਿੱਦੇ ਫੜਿਆ ਗਿਆ ਸਜ਼ਾ ਹੋ ਗਈ, ਉਦੋਂ ਮੁੜ ਕੇ ਤਾਂ ਮਾਫੀਆ ਸ਼ੁਰੂ ਕਰਤੀਆਂ 11 'ਚ, ਤੇ ਜਦ ਉਹਨੂੰ 23 ਮੇਨ ਲੈਂਡ 'ਚ ਲੈ ਕੇ ਆਉਂਦਾ ਅਤੇ 24 ਛੱਡਿਆ, ਉਦੋਂ ਤੱਕ ਤਾਂ ਪੂਰੇ ਹੀ ਰੰਗਿਆ ਗਿਆ ਸੀ, ਉਹਨੇ ਆਪਣਾ ਚੈਪਟਰ ਲਿਖਣੇ ਸ਼ੁਰੂ ਕਰ ਦਿੱਤੇ। ਬਿਲਕੁਲ, ਹਾਂਜੀ, ਇੱਕ ਪਾਸੇ ਹਿੰਦੂ ਮਹਾਂਸਭਾ ਹੋ ਗਈ, ਇੱਕ ਪਾਸੇ ਜਮਾਤ ਇਸਲਾਮੀ ਹੋ ਗਈ, ਹੁਣ ਜਿਹੜਾ ਵਿੱਚ ਵਿਚਾਲੇ ਸੀ ਪੰਜਾਬੀ ਵਾਲੇ ਜੀ, ਉਹ ਸੀਗੇ ਸਿੱਖ ਜੀ, ਸ਼੍ਰੋਮਣੀ ਕਮੇਟੀ ਜੀ, ਅਤੇ ਸ਼੍ਰੋਮਣੀ ਕਮੇਟੀ 1925 'ਚ ਬਣ ਗਈ। ਸ਼੍ਰੋਮਣੀ ਕਮੇਟੀ ਨੇ ਅੰਗਰੇਜ਼ ਦੇ ਜ਼ੋਰ ਲਾਉਣ ਦੇ ਬਾਵਜੂਦ ਸਿੱਖਾਂ ਨੇ ਇਹ ਗੱਲ ਨਹੀਂ ਮੰਨੀ ਕਿ ਅਸੀਂ ਇਕੱਲੇ ਗੁਰਦੁਆਰਿਆਂ ਵਾਸਤੇ ਲੜ ਰਹੇ ਹਾਂ, ਸਿੱਖ ਕੌਮ ਲੜਨੀ ਹੋਇਆ ਉਸ ਵਕਤ, ਉਹ ਇਹ ਕਹਿੰਦੇ ਸੀ ਅਸੀਂ ਕੌਮੀਅਤ ਲਈ ਤੇ ਆਜ਼ਾਦੀ ਲਈ ਲੜ ਰਹੇ ਹਾਂ। ਹਾਂ ਨਹੀਂ, ਉਹਨਾਂ ਨੇ ਕਿਹਾ ਅਸੀਂ ਇੱਕ ਨਨਕਾਣਾ ਸਾਹਿਬ ਨੂੰ ਜਦ ਮਹੰਤ ਨਰਿੰਦਰ ਦਾਸ ਤੋਂ ਖਾਲੀ ਕਰਾਇਆ ਤੇ ਉਹ ਕਹਿੰਦੇ ਅਸੀਂ ਇੱਕ ਗੁਰਦੁਆਰਾ ਕਰਾ ਲਿਆ, ਹੁਣ ਅਸੀਂ ਵੱਡਾ ਗੁਰਦੁਆਰਾ ਦੇਸ਼ ਦਾ ਆਜ਼ਾਦ ਕਰਾਉਣਾ। ਔਰ ਬਹੁਤ ਸਾਰੇ ਕਮਿਊਨਿਸਟ ਲੀਡਰ ਵੀ ਜਿਹੜੇ ਆਏ ਨੇ ਬਾਅਦ ਚ, ਉਹ ਅਕਾਲੀ ਲਹਿਰ ਸੀਗੇ ਪਹਿਲਾਂ, ਸਾਰੇ ਕਾਂਗਰਸ ਵੀ ਅਕਾਲੀ ਲਹਿਰ ਸੀ, ਅਕਾਲੀ ਲਹਿਰ ਚੋਂ ਪੈਦਾ ਹੋਏ ਨੇ। ਉਹ ਅਕਾਲੀ ਲਹਿਰ ਜਿਹੜੀ ਸੀ ਗੁਰਦੁਆਰਾ ਸੁਧਾਰ ਲਹਿਰ, ਉਹ ਬੜੀ ਵੱਡੀ ਕੌਮ ਦੀ ਲਹਿਰ ਸੀ ਅਸਲ ਚ, ਉਹ ਪੰਜਾਬੀ ਕੌਮ ਦੀ ਲਹਿਰ ਸੀ, ਉਹਦਾ ਰੂਪ ਸਿੱਖੀ ਸੀ, ਠੀਕ ਹੈ। ਹੁਣ ਉਹਦੇ ਵਿੱਚ ਉਹ ਤਾਂ ਟੇਟੇ ਨੇ ਤੇਰੇ, ਫਿਰ ਇਹਨਾਂ ਨੇ ਕੀ ਕਰਿਆ, ਇਹਨਾਂ ਨੇ ਫੌਜ ਚੋਂ ਕੁਛ ਸੰਤ ਭੇਜੇ,
ਉਹ ਫੌਜ ਚੋਂ ਅਸੀਂ ਜਾਣਦੇ ਹਾਂ ਜਿਹੜੇ ਕਿਹੜੇ ਕਿਹੜੇ, ਹਾਂ ਉਹ ਵੱਖਰਾ ਵਿਸ਼ਾ, ਨਾਮ ਤੇ ਨਹੀਂ ਜਾਵਾਂਗਾ, ਹਾਂ ਬਿਲਕੁਲ। ਉਹਨਾਂ ਨੂੰ ਭੇਜ ਕੇ ਕਿਹਾ ਵੀ ਦੇਖੋ ਊਂ ਤਾਂ ਇਹ ਵਸਤ ਨਹੀਂ ਆਉਂਦੇ, ਤੁਸੀਂ ਨਾ ਇਹਨਾਂ ਨੂੰ ਕਰਮ ਕਾਂਡ 'ਚ ਪਾਓ, ਧਰਮ ਦੀ ਪੂਜਾ ਪਾਠ ਸਿੱਖੀ ਦਿਓ, ਤਾਂ ਕਿ ਵੀ ਚਲੋ ਵੱਖਰਾ ਹੋ ਜਾਣ ਉਹਨਾਂ ਤੋਂ। ਉਹ ਫਿਰ ਪੂਜਾ ਪਾਠ ਦਾ ਰੌਲਾ ਪਵਾਉਣਾ ਸ਼ੁਰੂ ਕਰਤਾ, ਇਸੇ ਕਰਕੇ ਉਸ 'ਚੋਂ ਨਿਕਲਿਆ ਵੀ ਹਮ ਹਿੰਦੂ ਨਹੀਂ ਹੈ ਭਾਈ ਕਾਨ ਸਿੰਘ ਦਾ। ਉਹ ਕਹਿੰਦੇ ਤੁਸੀਂ ਹਿੰਦੂ ਹੋ, ਆਰੀਆ ਸਮਾਜੀ ਕਹਿੰਦੇ, ਸਿੱਖ ਹਿੰਦੂ ਹੀ ਨੇ। ਇਹਦੇ ਵਿੱਚੋਂ ਸਾਰਾ ਝਗੜਾ ਚੱਲਦਾ 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 1935 ਜਿਹੜਾ ਕਮਨਲ ਅਵਾਰਡ ਦਿੱਤਾ ਅੰਗਰੇਜ਼ ਨੇ, ਉਹਨੇ ਕਹਿ ਹੀ ਦਿੱਤਾ ਵੀ ਤੁਸੀਂ ਤਿੰਨ ਕੌਮ, ਤਿੰਨ ਕੌਮਾਂ ਦਾ ਸਿਧਾਂਤ ਜਿਹੜਾ ਸੀ ਉਹ ਅੰਗਰੇਜ਼ ਨੇ ਦਿੱਤਾ, ਉਹਦਾ ਹਿੰਦ ਸੀ, ਉਹਦਾ ਨਿਸ਼ਾਨਾ ਸੀ। ਉਹਨੇ ਕਿਹਾ ਕਾਨਸਟੀਚੁਐਂਸੀਆਂ ਬਣਤੀਆਂ ਗਵਰਨਮੈਂਟ ਆਫ ਇੰਡੀਆ ਐਕਟ ਦੇ ਅਨੁਸਾਰ, ਉਹਦੇ ਵਿੱਚ ਵੈਸੇ ਚਾਰ ਗਰੁੱਪ ਸੀਗੇ, ਇੱਕ ਸੀਗਾ ਮੁਸਲਮਾਨਾਂ ਵਾਸਤੇ, ਇੱਕ ਹਿੰਦੂਆਂ ਵਾਸਤੇ, ਇੱਕ ਸਿੱਖਾਂ ਵਾਸਤੇ, ਇੱਕ ਐਂਗਲੋ ਇੰਡੀਅਨ ਵਾਸਤੇ। ਐਂਗਲੋ ਤਾਂ ਬਹੁਤ ਥੋੜ੍ਹੀ ਗਿਣਤੀ ਸੀ, ਬਿਲਕੁਲ। ਸੋ ਮੇਨ ਇਹੀ ਸੀਗੇ ਤਿੰਨੇ। ਇਹਨਾਂ ਤਿੰਨਾਂ ਦੀ ਕੌਨਸਟੀਚੁਐਂਸੀ ਵੱਖਰੀ ਹੈ, ਇਹਨਾਂ ਦੇ ਬੰਦੇ ਵੀ ਉਹੀ ਖੜੇ ਹੋਣਗੇ ਉਸੇ ਧਰਮ ਦੇ, ਅਤੇ ਵੋਟ ਵੀ ਉਸੇ ਧਰਮ ਦੇ ਬੰਦੇ ਪਾਉਣਗੇ, ਬਿਲਕੁਲ। ਅਤੇ ਉਹਦੇ ਵਿੱਚ ਜਦ 1947 'ਚ ਵੰਡ ਹੋਈ ਅੰਗਰੇਜ਼ ਦਾ, ਤਾਂ ਉਹ ਵੰਡ ਵੀ ਅੰਗਰੇਜ਼ ਦਾ, ਬੜੇ ਕਹਿੰਦੇ ਨੇ ਜੀ ਉਹ ਫਲਾਣੇ ਨਹਿਰੂ ਨੇ ਕਰਾਤੀ ਜੀ, ਫਲਾਣੇ ਨੇ, ਬਿਲਕੁਲ ਬਿਲਕੁਲ ਜੀ ਬਿਲਕੁਲ। ਪਰ ਬਹੁਤ ਵੱਡਾ ਹਿੱਸਾ ਅਸੀਂ ਇਗਨੋਰ ਮਾਰ ਦਿੰਦੇ ਹਾਂ, ਅਸੀਂ ਭੁੱਲ ਜਾਂਦੇ ਹਾਂ ਕਿ ਅੰਗਰੇਜ਼ ਦਾ ਵੀ ਇੰਟਰਸਟ ਸੀ ਵੀ ਇਕੱਠੇ ਨਾ ਰਹਿਣ, ਉਹਨਾਂ ਦਾ ਰਾਜ ਨਹੀਂ ਸੀ, ਉਹਨਾਂ ਦਾ ਰਾਜ ਜਿਹੜਾ ਸੀ ਵੀ ਰਾਜ ਜੇ ਚੱਲਿਆ ਵੀ ਜਾਊਗਾ ਤਾਂ ਉਦੋਂ ਅੱਗੇ ਉਹਨਾਂ ਦਾ ਇਹ ਸੀ ਉਹਨਾਂ ਦਾ ਵਪਾਰ ਨਹੀਂ ਹੋਣਾ, ਵਪਾਰ ਨਹੀਂ ਹੋਣਾ, ਜੇ ਉਹ ਇੱਥੋਂ ਫਿਜ਼ੀਕਲ ਉਹਨਾਂ ਦੇ ਫਾਈਨੈਂਸ਼ੀਅਲ ਇੰਟਰਸਟ ਵੀ ਜੁੜੇ ਹੋਏ ਸੀ ਨਾਲ, ਬਿਲਕੁਲ ਜੁੜੇ ਹੋਏ ਸੀ, ਕਲੋਨੀ ਸੀ, ਕਲੋਨੀ ਇੱਕ ਵਕਤ ਥੋੜ੍ਹਾ ਖਤਮ ਹੋ ਜਾਂਦੀ ਹੈ। ਸੋ ਇਸ ਕਰਕੇ ਉਹ ਬਸਤੀਵਾਦੀ ਜਿਹੜੀ ਆਰਥਿਕਤਾ ਸੀ ਉਹਨੂੰ ਕਾਇਮ ਰੱਖਣ ਵਾਸਤੇ ਵੀ ਇੱਥੋਂ ਦੇ ਲੋਕਾਂ ਨੂੰ ਲੜਾ ਕੇ ਰੱਖਣਾ ਜ਼ਰੂਰੀ ਸੀ, ਜ਼ਰੂਰੀ ਸੀਗਾ। ਸੋ ਉਹ ਡਿਵਾਈਡ ਹੋ ਦਾ ਨਤੀਜਾ ਇਹ ਨਿਕਲਿਆ ਵੀ ਉਹਦੇ 'ਚ ਪੰਜਾਬੀ ਕੌਮ ਦੇ ਵਿੱਚੋਂ, ਮੈਂ ਕਹਾਂਗਾ ਸਿੱਖਾਂ ਨੇ, ਹਾਂਜੀ ਸਿੱਖਾਂ ਨੇ ਇੱਕ ਇਹਨੂੰ ਕੁਰਬਾਨੀ ਕਹਿ ਲਓ, ਇਹਨੂੰ ਦੂਰਅੰਦੇਸ਼ੀ ਕਹਿ ਲਓ ਜੀ ਜੀ, ਅਤੇ ਕਈ ਇਹਨੂੰ ਡਰਪੋਕਪਣਾ ਵੀ ਕਹਿੰਦੇ ਨੇ, ਕਈ ਇਹਨੂੰ ਧੋਖਾ ਵੀ ਕਹਿੰਦੇ ਨੇ, ਮੈਂ ਨਾ ਧੋਖਾ ਮੰਨਦਾ ਜੀ, ਨਾ ਮੈਂ ਇਹਨੂੰ ਡਰਪੋਕਪਣਾ ਮੰਨਦਾ, ਕਿਉਂਕਿ ਸਿੱਖ ਡਰਪੋਕ ਨਹੀਂ ਹੈਗਾ। ਵਿਅਕਤੀਗਤ ਤੌਰ ਤੇ ਕੋਈ ਹੋਵੇ ਵੱਖਰੀ ਗੱਲ ਹੈ, ਸਿੱਖ ਕੌਮ ਦੇ ਤੌਰ ਤੇ ਡਰਪੋਕ ਨਹੀਂ ਹੈ ਤੇ ਨਾ ਧੋਖੇਬਾਜ਼ ਹੈ। ਆਪਾਂ ਇਹ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਬੜੇ ਦਿਲਚਸਪ ਨੇ, ਖਾਸ ਕਰਕੇ ਜਦੋਂ ਤੁਹਾਡੇ ਵਰਗਾ ਚਿਹਰਾ ਇੱਦਾਂ ਦੀ ਗੱਲ ਕਰਦਾ ਤਾਂ ਨਿਰਸੰਦੇਹ ਜਿਹੜੇ ਸਾਡੇ ਦਰਸ਼ਕ ਨੇ ਜਾਂ ਸਾਡੀ ਕੌਮ ਹੈ ਉਹ ਵੀ ਉਹਨਾਂ ਨੂੰ ਵੀ ਚੰਗਾ ਲੱਗਦਾ ਕਿ ਕਿਤੇ ਕੋਈ ਨਾ ਕੋਈ ਉਸ ਇੱਕ ਜਿਹੜਾ ਅਸੀਂ ਕਮਿਊਨਲ ਵੰਡ ਦੀ ਗੱਲ ਕਰਦੇ ਹਾਂ ਉਸ ਕੌਮ ਵੱਲੋਂ ਕੋਈ ਵਿਅਕਤੀ ਕੋਈ ਅਜਿਹੀ ਗੱਲ ਕਰਦਾ ਠਹਿਰਾਅ ਦੀ ਗੱਲ ਕਰਦਾ ਤਾਂ ਹੌਸਲਾ ਮਿਲਦਾ। ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਜਲਦੀ ਹਾਜ਼ਰ ਹੁੰਦੇ ਹਾਂ, ਡਾਕਟਰ ਪਿਆਰੇ ਲਾਲ ਗਰਗ ਨਾਲ ਸਾਡੀ ਗੱਲਬਾਤ ਜਾਰੀ ਰਹੂਗੀ। ਬ੍ਰੇਕ ਤੋਂ ਬਾਅਦ ਜਸ ਬ੍ਰੌਡਕਾਸਟਿੰਗ ਦੇ ਵਿਲੱਖਣ ਸ਼ੋਅ ਅੱਜ ਦਾ ਮੁੱਦਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਡਾਕਟਰ ਪਿਆਰੇ ਲਾਲ ਗਰਗ ਸਾਡੇ ਮਹਿਮਾਨ ਨੇ, ਅੱਜ ਸਟੂਡੀਓ ਦੇ ਵਿੱਚ ਨੇ, ਅਮਰੀਕਾ ਆਏ ਹੋਏ ਨੇ। ਅਸੀਂ ਸੋਚਿਆ ਕਿ ਇਹਨਾਂ ਦੇ ਨਾਲ ਉਹਨਾਂ ਵਿਸ਼ਿਆਂ ਦੇ ਉੱਤੇ, ਉਹਨਾਂ ਨੁਕਤਿਆਂ ਦੇ ਉੱਤੇ ਗੱਲਬਾਤ ਕਰੀਏ ਜਿਹੜੇ ਗੰਭੀਰ ਕਿਸਮ ਦੇ ਮੁੱਦੇ ਨੇ, ਜਿਹੜੇ ਸਾਡੇ ਨਾਲ ਅਤੇ ਤੁਹਾਡੇ ਨਾਲ ਸਿੱਧਾ ਸੰਬੰਧ ਰੱਖਦੇ ਨੇ। ਗਰਗ ਸਾਹਿਬ, ਅਸੀਂ ਗੱਲ ਕਰ ਰਹੇ ਸੀ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਜਵਾਬ ਦਿੱਤਾ। 1947 ਦੀ ਵੰਡ ਹੋ ਗਈ, ਸਿੱਖਾਂ ਨੂੰ ਲੱਗਿਆ ਕਿ ਧੋਖਾ ਹੋ ਗਿਆ, ਠੱਗੇ ਗਏ, ਕਿਤੇ ਨਾ ਕਿਤੇ ਪੰਜਾਬੀ ਸੂਬੇ ਦੀ ਗੱਲ ਸ਼ੁਰੂ ਹੋ ਗਈ। 1961 ਦੀ ਮਰਦਮਸ਼ੁਮਾਰੀ ਆ ਗਈ, ਕੀ ਅਸਰ ਪਿਆ ਉਹਦੇ 'ਤੇ? ਦੇਖੋ ਗੱਲ ਇਹ ਹੈ ਵੀ ਪਹਿਲਾਂ ਤਾਂ ਜਦ 1947 'ਚ ਫਿਰ ਖੜਾਂਗਾ, 1947 ਦੀ ਵੰਡ ਵੇਲੇ ਵੀ ਹਿੰਦੂ ਸਿੱਖ ਇਕੱਠੇ ਸੀਗੇ, ਕਿਉਂਕਿ ਉੱਥੋਂ ਇੱਧਰ ਆਏ, ਇੱਧਰੋਂ ਮੁਸਲਮਾਨ ਉੱਧਰ ਗਏ, ਉਹ ਡਿਵਾਈਡ ਉਦੋਂ ਨਹੀਂ ਸੀ। ਉਹਦੇ ਵਿੱਚ ਕੀ ਹੋਇਆ, ਜਦ 1947 ਦੀ ਵੰਡ ਹੋ ਗਈ ਤਾਂ ਜਿਹੜੀਆਂ ਕਮਨਲ, ਜਿਵੇਂ ਮੈਂ ਆਰੀਆ ਸਮਾਜ ਦੀ ਪਹਿਲਾਂ ਵੀ ਗੱਲ ਕਰੀ ਹੈ, ਉਹ ਜਿਹੜੀਆਂ ਫੋਰਸ ਸੀ ਉਹ ਇਹਨਾਂ ਨੂੰ ਨਹੀਂ ਇਕੱਠਾ ਰਹਿਣ ਦੇਣਾ ਚਾਹੁੰਦੀਆਂ ਸੀ। ਦੂਜੀ ਗੱਲ, ਸਿੱਖਾਂ ਵਾਲੇ ਪਾਸਿਓਂ ਵੀ ਇੱਕ ਵੱਡੇ ਜਿਹੜੇ ਉਹਦੇ 'ਚ ਇੱਕ ਉਹਨਾਂ ਨੂੰ ਮੌਕਾ ਮਿਲਿਆ। ਹਮੇਸ਼ਾ ਕਿਸੇ ਨਾ ਕਿਸੇ ਚੀਜ਼ ਦਾ ਆਧਾਰ ਹੁੰਦਾ, ਜਦ ਕਹਿੰਦੇ ਨੇ ਧੂੰਆਂ ਨਿਕਲਦਾ ਤਾਂ ਕਿਤੇ ਅੱਗ ਬਲ ਰਹੀ ਹੁੰਦੀ ਹੈ। ਸੋ ਉਹਦੇ ਵਿੱਚ ਕੀ ਹੋਇਆ ਵੀ ਪਹਿਲਾਂ ਜਿਹੜੀ ਪੰਜਾਬੀ ਲਿਖੀ ਵੀ ਜਾਂਦੀ ਸੀ ਤਾਂ ਵੀ ਉਹ ਜਿਹੜੀ ਫਾਰਸੀ ਦੇ ਵਿੱਚ ਲਿਪੀ 'ਚ ਲਿਖੀ ਜਾਂਦੀ ਸੀ, ਫਾਰਸੀ ਲਿਪੀ, ਪਰਸੀਅਨ ਸੀਗੀ ਪੰਜਾਬ ਦੀ, ਬਹੁਤ ਸਾਰੀ ਜਿਹੜੀ ਪਰਸੀਅਨ ਲੈਂਗੁਏਜ ਆ ਅੱਜ ਵੀ ਥਾਣਿਆਂ ਦੇ ਵਿੱਚ ਜਿਹੜੀ FIR ਲਿਖੀ ਜਾਂਦੀ ਉਹਦੇ 'ਚ ਉਹ ਲੈਂਗੁਏਜ ਅਤੇ ਸ਼ਾਹਮੁਖੀ। ਇੱਥੇ ਕਿਉਂਕਿ ਅਸਲ ਪੰਜਾਬੀ ਦੀ ਜਿਹੜੀ ਲਿਖਣੀ ਹੈ ਉਹ ਗੁਰਮੁਖੀ ਲਿਪੀ 'ਚ ਹੀ ਹੋ ਸਕਦੀ ਹੈ, ਕਿਉਂਕਿ ਮੈਂ ਤਾਂ ਗੁਰਮੁਖੀ ਲਿਪੀ 'ਚ, ਮੈਂ ਦੋਨਾਂ 'ਚ ਪੜ੍ਹੀ ਆ ਪੰਜਾਬੀ। ਅੱਛਾ। ਇੱਕ ਤੀਜੀ ਗੱਲ ਸੀ ਵੀ ਇਕੱਲੀ ਪਰਸੀਅਨ ਲਿਪੀ 'ਚ ਨਹੀਂ ਲਿਖੀ ਜਾਂਦੀ ਸੀ, ਇਹ ਇੱਕ ਲੰਡੇ ਭਾਸ਼ਾ ਹੁੰਦੀ ਸੀ, ਜਿਹੜੇ ਮਹਾਜਨ ਕੌਮ ਸੀਗੇ, ਹਾਂਜੀ, ਜਿਹੜੇ ਸਾਰਾ ਹਿਸਾਬ ਕਿਤਾਬ ਬੰਨਿਆਂ ਦਾ ਖਾਤਾ ਸੀ ਉਹ ਲੰਡਿਆਂ 'ਚ ਚੱਲਦਾ ਸੀ। ਅੱਜ ਵੀ ਜਿਹੜੇ ਮਨੀਮੀ ਪੜ੍ਹਾਈ ਜਾਂਦੇ ਉਹ ਲੰਡਿਆਂ 'ਚ ਪੜ੍ਹਾਈ ਜਾਂਦੀ ਹੈ। ਉਹ ਲੰਡੇ ਕਿਉਂ ਕਹਿੰਦੇ ਨੇ ਉਹਨੂੰ? ਕਿਉਂਕਿ ਉਹਦੇ 'ਚ ਜਿਹੜੇ ਆਪਣੇ ਲਗਾਂ ਨੇ ਉਹ ਨਹੀਂ ਹੁੰਦੀਆਂ, ਵਾਵਲਸ ਨਹੀਂ ਹੁੰਦੇ, ਵਾਵਲ ਨਹੀਂ ਹੁੰਦੇ, ਉਹ ਵਾਵਲ ਅੱਖਰ ਨਾਲ ਹੀ ਸਾਰਦੇ ਨੇ, ਈ ਨਾਲ ਗਿਆਰੀ ਝਾਰੀ ਬਣਾ ਕੇ, ਉਹ ਆਈਡੀਆ ਲਾਉਣਾ ਪੈਂਦਾ, ਆਈਡੀਆ ਲਾਉਣਾ ਪੈਂਦਾ, ਇਸ ਕਰਕੇ ਉਹ ਪੜ੍ਹੀ ਵੀ ਸੌਖੀ ਨਹੀਂ ਜਾਂਦੀ। ਹੁਣ ਉਹ ਤਾਂ ਵਧੀਆ ਲਿਖੀ ਨਹੀਂ ਜਾ ਸਕਦੀ, ਸਾਨੂੰ ਪਤਾ ਉਹ ਪੜ੍ਹਨੀ ਵੀ ਔਖੀ ਹੁੰਦੀ, ਕੋਈ ਕੁਛ ਪੜ੍ਹ ਦਿੰਦਾ ਕੋਈ ਕੁਛ ਪੜ੍ਹ ਦਿੰਦਾ। ਸੋ ਗੁਰਮੁਖੀ ਲਿਪੀ ਚਾਹੀਦੀ ਸੀ। ਜਿਹੜੇ ਉਹ ਮਹਾਜਨ ਕੌਮ ਸੀ ਪਹਿਲਾਂ ਸ਼ੁਰੂ ਸ਼ੁਰੂ 'ਚ ਵਪਾਰੀ ਵੀ ਉਹੀ ਵੱਡੀ ਸੀ, ਜ਼ਿਆਦਾ ਵਪਾਰ ਉਹੀ ਕਰਦੀ ਸੀ, ਮਨੀਮੀ ਸਾਰੇ ਉਹੀ ਸਿੱਖੇ ਹੋਏ ਸੀ, ਉਹਨਾਂ ਨੂੰ ਤਾਂ ਕਿਤੇ ਨਾ ਕਿਤੇ ਅੰਦਰੋਂ ਅੰਦਰ ਹੀ ਲੱਗਣ ਲੱਗਾ ਵੀ ਅਸੀਂ ਤਾਂ ਅਨਪੜ੍ਹ ਹੋ ਗਏ।
ਤੇ ਜਿਹੜੇ ਸਿੱਖ ਸੀਗੇ ਉਹ ਗੁਰਮੁਖੀ ਚ ਪੜ੍ਹੇ ਹੋਏ ਵੀ ਗਿਣਤੀ ਵੀ ਘੱਟ ਸੀ ਸਿੱਖਾਂ ਦੀ ਪੜ੍ਹੇ ਹੋਇਆਂ ਦੀ, ਜੇ ਅਸੀਂ ਪੜ੍ਹੇ ਲਿਖੇ ਸਿੱਖਾਂ ਦੀ ਗਿਣਤੀ ਦੀ ਗੱਲ ਕਰੀਏ, ਕਿਉਂਕਿ ਕਿਸਾਨੀ ਸੀ ਜੀ, ਮਜ਼ਬੀ ਸੀਗੇ ਤੇ ਉਹ ਕਿਸਾਨੀ ਤੋਂ ਪਤਾ ਪੜ੍ਹਦੀ ਨਹੀਂ ਸੀ ਸਾਨੂੰ ਮਾਲਵੇ ਦੇ ਵਿੱਚ ਪਤਾ ਵੀ ਇੱਕ ਕਾਰਨ ਇਹ ਵੀ ਸੀ ਕਿ ਅਸੀਂ ਪੜ੍ਹ ਕੇ ਕਿਹੜਾ ਨੌਕਰ ਲੱਗਣਾ, ਅਸੀਂ ਤਾਂ ਮਿੱਟੀ ਨਾਲ ਮਿੱਟੀ ਹੋਣਾ ਸੀ ਖੇਤੀ ਕਰਦੇ ਹਾਂ, ਹੁਣ ਦੂਜੀ ਖੇਤੀ ਉਦੋਂ ਐਂ ਵੀ ਲੱਗਦਾ ਸੀ ਖੇਤੀ ਨਾਲ ਪਿਆਰ ਸੀ, ਪਿਆਰ ਵੀ ਸੀ ਇੱਕ ਕੁਦਰਤ ਨਾਲ, ਜ਼ਮੀਨ ਨਾਲ ਜੁੜੇ ਹੋਏ ਸੀ, ਜ਼ਮੀਨ ਨਾਲ, ਉੱਥੋਂ ਦੇ ਪਾਣੀ ਨਾਲ, ਖੂਹਾਂ ਨਾਲ, ਹੈਂਜੀ, ਤੇ ਬੇਲਿਆਂ ਨਾਲ, ਜੰਗਲਾਂ ਨਾਲ, ਪਸ਼ੂਆਂ ਨਾਲ ਪਿਆਰ ਸੀ, ਤੇ ਦੂਜੀ ਕੌਮ ਇਸ ਕਰਕੇ ਪੜ੍ਹਦੀ ਸੀ ਕਿ ਸਾਡੇ ਕੋਲ ਕਿਹੜਾ ਕੋਈ ਜ਼ਮੀਨ ਹੈ, ਕੋਈ ਹੋਰ ਜ਼ਮੀਨ ਨਹੀਂ ਸੀ ਉਹਦੇ, ਉਹ ਕਹਿੰਦਾ ਮੇਰਾ ਤਾਂ ਕੰਮ ਹੀ ਇਹੀ ਰੁਜ਼ਗਾਰ ਦਾ ਤਰੀਕਾ, ਗਿਆਨ ਹੈ ਨਾ, ਗਿਆਨ ਤੇ ਉਹ ਕਿਰਤ, ਦੋ ਵੱਖਰੇ ਵੱਖਰੇ ਉਹ ਹੋ ਗਏ, ਵੱਖਰੀਆਂ ਵੱਖਰੀਆਂ ਗੱਲਾਂ ਸੀ, ਪਰ ਜਦ ਕਿ ਗੁਰੂ ਨਾਨਕ ਨੇ ਕਿਹਾ ਕਿ ਕਿਰਤ ਦੇ ਨਾਲ ਨਾਲ ਗਿਆਨ ਵੀ ਹੋਣਾ ਚਾਹੀਦਾ, ਪੰਜਾਬੀ ਇਸ ਗੱਲੋਂ ਟੁੱਟ ਗਏ ਕਿਸਾਨ ਸੀ ਜਿਹੜੇ, ਟੁੱਟ ਗਏ ਜਦ ਉਹਨਾਂ ਨੇ ਗਿਆਨ ਨਹੀਂ ਲਿਆ, ਗੁਰੂ ਨਾਨਕ ਸਾਹਿਬ ਨੇ ਤਾਂ ਅੱਗੇ ਕਿਹਾ ਜਗ ਗਿਆਨੀ ਬਿਰਲਾਚਾਰੀ ਜਗ ਪੰਡਿਤ ਬਿਰਲਾ ਵਿਚਾਰੀ, ਜੇ ਗਿਆਨ ਦੇ ਨਾਲ ਨਾਲ ਆਚਾਰ ਵੀ ਉਹ ਕਰਨਾ, ਸਾਨੂੰ ਗਿਆਨ ਸੀ ਕਹਿ ਲਓ ਜੇ ਮਹਾਜਨ ਕੌਮ ਨੂੰ, ਬਿਲਕੁਲ ਉਹਨੇ ਆਚਾਰ ਨਹੀਂ ਕਰਿਆ ਪੰਜਾਬੀਆਂ ਵਾਲਾ, ਉਹਨੇ ਕਰਿਆ ਨਹੀਂ, ਹਾਂ ਬਿਲਕੁਲ, ਠੀਕ ਹੈ, ਤੇ ਜਿਹੜੇ ਪੰਜਾਬੀ ਦਾ ਪੰਡਿਤ ਬਣਦੇ ਸੀ ਆਪਦੇ ਆਪ ਨੂੰ, ਤੇ ਉਹਨਾਂ ਨੇ ਵਿਚਾਰ ਨਹੀਂ ਕਰਿਆ ਵੀ ਐਂ ਕਿਉਂ ਨਹੀਂ ਹੋ ਰਿਹਾ, ਸਿੱਖਾਂ ਨੇ ਵਿਚਾਰ ਨਹੀਂ ਕਰਿਆ, ਉਹ ਪੰਜਾਬੀ ਦੇ ਪੰਡਿਤ ਬਣ ਗਏ, ਉਹ ਪੰਡਿਤ ਜਿਹਨਾਂ ਨੂੰ ਗਿਆਨ ਸੀਗਾ ਭਾਸ਼ਾ ਦਾ ਲਿਖਣ ਦਾ, ਉਹਨਾਂ ਦਾ ਆਚਾਰ ਉਲਟਾ ਹੋ ਗਿਆ, ਆਚਾਰ ਉਲਟਾ ਹੋ ਗਿਆ, ਆਪਾਂ ਤਾਂ ਪੰਜਾਬੀ ਦਾ ਲਾਇਆ ਸੀ ਤਾਂ ਹੀਣ ਭਾਵਨਾ ਵੀ ਹੋ ਗਈ ਕਿ ਗਿਆਨ ਨਹੀਂ ਸਾਡੇ ਕੋਲ, ਦੋਨੇ ਗੱਲਾਂ, ਉਹਦਾ ਵੀ ਮਾਰੂ ਅਸਰ ਪੈਂਦਾ, ਨਾ ਨਾ ਕਦੀ ਹੀਣ ਭਾਵਨਾ ਨਹੀਂ ਆਈ, ਨਾ 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 ਨਾ, ਉਹਨਾਂ ਨੂੰ ਐਂ ਲੱਗਾ ਵੀ ਅਸੀਂ ਲੁੱਟੇ ਗਏ ਵੀ ਸਾਨੂੰ ਤਾਂ ਅਨਪੜ੍ਹ ਬਣਾਤਾ, ਸਾਨੂੰ ਰਾਤੋਂ ਰਾਤ ਅਨਪੜ੍ਹ ਬਣਾਤਾ, ਜਦਕਿ ਗੱਲ ਸੱਚ ਨਹੀਂ ਸੀ, ਹੁਣ ਇਹ ਕੀ ਨੇ ਆਰੀਆ ਸਮਾਜ ਨੇ ਇਹ 'ਤੇ ਖੱਟਿਆ ਖਾਇਆ, ਜਿਹੜਾ ਅੰਦਰੋਂ ਅੰਦਰੀ ਜਿਵੇਂ ਸਿੱਖਾਂ ਨੂੰ ਬੜੀ ਬੇਗਾਨਗੀ ਦੀ ਭਾਵਨਾ, ਉਹਦੇ ਉੱਤੇ ਕੋਈ ਬੰਦਾ ਭੜਕਾਉਣ ਵਾਲਾ ਅੱਗ ਤਾਂ ਬਾਲ ਹੀ ਸਕਦਾ ਨਾ, ਇਹ ਦੇ ਹਿੰਦੂਆਂ 'ਚ ਆਪਾਂ ਇਹ ਤਾਂ ਕਹਿ ਨਹੀਂ ਨਾ ਸਕਦੇ ਵੀ ਸਾਰੇ ਬੜੀ ਦੁੱਧ ਧੋਤੇ ਅਤੇ ਬੜੇ ਉਹ ਹੁੰਦੇ ਨੇ, ਸੋ ਉਹ ਜਿਹੜਾ ਆਰੀਆ ਸਮਾਜ ਨੇ ਭੜਕਾਇਆ ਉਹਦਾ ਨਤੀਜਾ ਨਿਕਲਦਾ ਨਿਕਲਦਾ ਇਹ ਹੋਇਆ ਵੀ ਤੁਸੀਂ ਬਚੋਗੇ ਤਾਂ, ਕਿਉਂਕਿ ਇਹ ਤਾਂ ਗੁਰਮੁਖੀ ਲਿਪੀ ਕਰਤੀ, ਤੁਸੀਂ ਤਾਂ ਅਨਪੜ੍ਹ ਹੋ ਗਏ, ਤੁਸੀਂ ਕਹੋ ਕਿਉਂਕਿ ਪੰਡਿਤ ਪਾਧੇ ਤਾਂ ਉਸ 'ਚ ਨਹੀਂ, ਨਾ ਤਾਂ ਫਾਰਸੀ 'ਚ ਕੰਮ ਕਰਦੇ ਸੀ, ਨਾ ਉਹ ਲੰਡਿਆਂ 'ਚ ਕਰਦੇ ਸੀ, ਉਹ ਤਾਂ ਹਿੰਦੀ 'ਚ ਹੀ ਕਰਦੇ ਸੀ, ਦੇਵਨਾਗਰੀ 'ਚ ਕਰਦੇ ਸੀ, ਦੇਵਨਾਗਰੀ 'ਚ ਕਰਦੇ ਸੀ, ਸੋ ਇਸ ਕਰਕੇ ਉਹਨਾਂ ਨੇ ਆਖਿਆ ਵੀ ਤੁਸੀਂ ਪੰਡਿਤਾਂ ਵਾਲੀ ਬੋਲੀ ਅਪਣਾਓ ਆਪਣੀ, ਸੰਸਕ੍ਰਿਤ ਦੇਵਨਾਗਰੀ ਅਪਣਾਓ, ਦੇਵਨਾਗਰੀ ਉਹਨੂੰ ਹਿੰਦੀ ਲਿਖਾਓ ਆਪਦੀ, ਸੋ 1961 ਦੀ ਮਰਦਮਸ਼ੁਮਾਰੀ ਦੇ ਵਿੱਚ ਬਹੁਤ ਸਾਰੇ ਹਿੰਦੂਆਂ ਨੇ, ਖਾਸ ਕਰਕੇ ਮੰਡੀਆਂ ਦੇ ਹਿੰਦੂਆਂ ਨੇ, ਪਿੰਡਾਂ ਦੇ ਹਿੰਦੂਆਂ ਨੇ ਨਹੀਂ ਬਹੁਤੀ ਲਿਖਾਈ, ਮੰਡੀਆਂ ਦੇ ਹਿੰਦੂਆਂ ਨੇ, ਸ਼ਹਿਰੀ ਹਿੰਦੂ ਨੇ, ਸ਼ਹਿਰੀ ਹਿੰਦੂ ਨੇ, ਪਿੰਡਾਂ ਦਾ ਹਿੰਦੂ ਇੰਨਾ ਕਾਮਨ ਨਹੀਂ ਸੀ, ਪਿੰਡਾਂ ਦੇ ਹਿੰਦੂ ਤਾਂ ਬਹੁਤੇ ਮੈਂ ਦੇਖਿਆ ਗੁਰਦੁਆਰੇ ਪਹੁੰਚ ਜਾਂਦੇ ਨੇ, ਕਈ ਪਾਠ ਵੀ ਕਰਦੇ ਨੇ, ਕੇਸ ਵੀ ਰੱਖੇ, ਹਾਂਜੀ ਹਾਂਜੀ, ਤੇ ਬਰਨਾਲੇ ਵੱਲ ਨਾ ਇੱਧਰ ਬਠਿੰਡੇ ਵੱਲ ਕਾਫੀ, ਮਾਲਵੇ 'ਚ ਹੀ, ਸੋ ਜਿਹੜਾ ਸ਼ਹਿਰੀ ਹਿੰਦੂ ਸੀ ਉਹਦੇ ਅੰਦਰ ਘਿਰਨਾ ਭਾਰਤੀ, ਤੇ ਇਸ ਲੈਵਲ ਤੱਕ ਉਹ ਘਿਰਨਾ ਚਲਾ ਗਿਆ, ਕੋਈ ਆੜਤੀਆ ਵੀ ਸੀ, ਉਹ ਜੱਟ ਦੀ ਆਦਤ ਤਾਂ ਲੈਂਦਾ ਸੀ ਵੀ ਫਸਲ ਸੁੱਟ ਕੇ ਜਾਵੇ, ਨਾਲ ਉਹਨੂੰ ਅੰਦਰ ਘਿਰਨਾ ਕਰਦਾ ਸੀ, ਉਹ ਫਸਲ ਸੁੱਟਦੇ ਨੂੰ ਵੀ ਬੁਰਾ ਸਮਝਦਾ ਸੀ, ਸਾਡੇ ਕੋਲ ਧਾਰਨਾ ਨੇ ਇਹ, ਸਾਡੇ ਕੋਲ ਗੱਲਾਂ ਹੁੰਦੀਆਂ ਸੀ, ਮੈਂ ਉਹਨੂੰ ਹੰਡ ਆਇਆ, ਤੁਸੀਂ ਵੀ ਉਸੇ ਕੌਮ ਨਾਲ ਸੰਬੰਧ ਰੱਖਦੇ ਹੋ, ਕੌਮ ਨਾਲ ਸੰਬੰਧ ਰੱਖਦਾ, ਮੈਂ ਬਿਜ਼ਨਸ ਕਰਦਾ ਸੀ ਪੜ੍ਹਦਾ ਹੋਇਆ, ਸੋ ਮੈਨੂੰ ਬਿਜ਼ਨਸ ਵਾਲਾ ਹਰੇਕ ਜਿਵੇਂ ਤੁਸੀਂ ਆ ਤੁਹਾਨੂੰ ਇਹ ਕਰਦੇ ਹੋ ਤਾਂ ਦੂਜੇ ਚੈਨਲ ਵਾਲੇ ਵੀ ਤਾਂ ਗੱਲਬਾਤ ਤਾਂ ਹੁੰਦੀ ਹੋਈ ਹੈ, ਬਿਲਕੁਲ ਹੁੰਦੀ ਹੈ, ਉਹ ਗੱਲਬਾਤ ਚੋਂ ਪਤਾ ਲੱਗਦਾ ਵੀ ਕੀ ਸੋਚਦੇ ਨੇ, ਸੋ ਉਹਦੇ ਵਿੱਚ ਜਿਹੜੇ ਸਭ ਤੋਂ ਵੱਡੀ ਗੱਲ ਸੀ ਜਿਵੇਂ ਜੇ ਅਸੀਂ ਕਿਸੇ ਨੂੰ ਕੋਈ ਛੋਟ ਦੇ ਦਿੱਤੀ, ਛੋਟ ਕਿਹਨੂੰ ਜਾਣੀ ਹੈ, ਗਾਹਕ ਨੂੰ, ਗਾਹਕ ਕੌਣ ਨੇ, ਉਹ ਜ਼ਿਆਦਾ ਸਿੱਖ ਨੇ, ਹਿੰਦੂ ਤਾਂ ਇੰਨੇ ਗਾਹਕ ਹੈ ਨਹੀਂ, ਹੈ ਨਹੀਂ, ਉਹ ਕਹਿੰਦੇ ਸੀ ਵੀ ਤੁਸੀਂ ਇਹ ਛੋਟ ਕਿਉਂ ਦਿੰਦੇ ਹੋ, ਇੱਕ ਘਿਰਨਾ ਚੋਂ ਸੀ, ਇੱਕ ਲੁੱਟ ਦਾ ਪਾਠ ਵੀ ਸੀ, ਇੱਕ ਘਿਰਨਾ ਵੀ ਸੀ, ਵੀ ਇਹਨਾਂ ਨੂੰ ਛੋਟ ਨਾ ਦਿਓ, ਠੀਕ ਹੈ, ਅਸੀਂ ਕਹਿੰਦੇ ਅਸੀਂ ਤਾਂ ਛੋਟ ਦੇ ਹੀ ਨਹੀਂ ਰਹੇ, ਅਸੀਂ ਤਾਂ ਅਸੂਲ ਹੀ ਆਪਦਾ ਵੱਖਰਾ ਬਣਾਇਆ, ਉਹ ਬਿਲਕੁਲ ਠੀਕ ਹੈ, ਸੋ ਮੈਂ ਜਿਹੜੀ ਮਰਦਮਸ਼ੁਮਾਰੀ ਦੇ ਵਿੱਚ ਇਹ ਗੱਲ ਉਭਾਰ ਕੇ ਪੇਸ਼ ਕੀਤੀ ਗਈ, ਪੇਸ਼ ਕਰੀ ਤੇ ਹਿੰਦੀ ਲਿਖਾਈ ਗਈ, ਦੂਜੇ ਪਾਸੇ ਕੇਂਦਰ ਨੇ ਸਾਡੇ ਨਾਲ ਧੱਕਾ ਕਰਿਆ, ਦਗਾ ਕਰਿਆ ਮੈਂ ਕਹਾਂਗਾ, ਇੱਕ ਤਾਂ ਜਿਹੜਾ ਮਤਲਬ ਸਿੱਖਾਂ ਨੇ ਇਹ ਕਿਹਾ ਵੀ ਚਲੋ ਕੋਈ ਨੀ ਅਸੀਂ ਨਾਲ ਰਹਿੰਦੇ ਹਾਂ, ਹੈ ਮੈਂ ਨੀ ਜਿਹੜੀ ਮੈਂ ਪਹਿਲਾਂ ਕਹਿੰਦਾ ਮੈਂ ਦੁਬਾਰਾ ਕਹਿਣਾ ਵੀ ਨਾ ਇਹ ਸਿੱਖਾਂ ਦੀ ਬੇਵਕੂਫੀ ਸੀ ਤੇ ਨਾ ਉਹਨਾਂ ਦਾ ਕੋਈ ਡਰਪੋਕ ਬਣਾ ਸੀ, ਨਾ ਉਹਨਾਂ ਦਾ ਕੋਈ ਲਾਲਚ ਸੀ, ਇਹ ਸਿਰਫ ਉਹਨਾਂ ਦੇ ਮਨ 'ਚ ਇਹ ਸੀ ਵੀ ਚਲੋ ਕਾਹਨੂੰ ਆਪਾਂ ਅੱਗੇ ਵਧਣਾ। ਤੁਸੀਂ ਜੜ ਜਿਹੜੀ ਹੈ ਸਾਡੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਤੀ ਕਿ ਇਹ ਸਮੱਸਿਆ ਇੱਥੋਂ ਪੈਦਾ ਹੁੰਦੀ ਹੈ 1961 ਦੀ ਮਰਦਮਸ਼ੁਮਾਰੀ ਤੋਂ, ਜੋ ਪਹਿਲਾਂ ਹੋਇਆ ਜਾਂ ਹੋਰ ਜਾਂ ਜਿਹਨੂੰ ਅਸੀਂ ਧੋਖੇ ਦਾ ਨਾਮ ਵੀ ਦੇ ਦਿੰਦੇ ਹਾਂ ਜਾਂ ਅਸੀਂ ਕੁਛ ਸਾਡੇ ਸਿੱਖ ਲੀਡਰਾਂ ਦੀ ਬੇਵਕੂਫੀ ਵੀ ਕਹਿ ਦਿੰਦੇ ਹਾਂ, ਇੱਕ ਕਈ ਤਰ੍ਹਾਂ ਦੇ ਸਵਾਲ ਜੇ ਪੈਦਾ ਹੁੰਦੇ ਨੇ ਮਨ ਦੇ ਵਿੱਚ, ਪਰ ਕੀ ਜਿੰਨਾ ਕੁਛ ਤੁਹਾਨੂੰ ਪਤਾ ਐਜ਼ ਹਿੰਦੂ, ਮੈਂ ਸਲਿਊਟ ਕਰਦਾ ਤੁਹਾਨੂੰ ਕਿ ਤੁਸੀਂ ਪੰਜਾਬ ਦੇ ਲਈ ਖੜ੍ਹਦੇ ਹੋ, ਤੁਸੀਂ ਸਿੱਖਾਂ ਦੇ ਲਈ ਖੜ੍ਹਦੇ ਹੋ, ਕੀ ਜਿੰਨਾ ਕੁਛ ਤੁਹਾਨੂੰ ਪਤਾ ਉਨਾ ਹੋਰ ਬਾਕੀ ਦੇ ਹਿੰਦੂ ਵੀਰਾਂ ਨੂੰ ਪਤਾ ਕਿੰਨੀ ਕੁ ਗਿਣਤੀ ਹੈ ਉਹਨਾਂ ਦੀ? ਬਹੁਤ ਸਾਰੇ ਨੇ,
ਐਸੀ ਗੱਲ ਨਹੀਂ ਹੈ। ਜਿਹੜਾ ਪੇਂਡੂ ਹਿੰਦੂ ਉਹਨੂੰ ਤਾਂ ਜੰਮੇ, ਉਹਨੂੰ ਤਾਂ ਕਦੇ ਉਹਨੇ ਕਦੇ ਸੋਚਿਆ ਹੀ ਨਹੀਂ ਹਿੰਦੀ ਹਿੰਦੂ ਵਾਲਾ ਬਹੁਤਾ ਚੱਕਰ, ਔਰ ਪੇਂਡੂ ਹਿੰਦੂ ਵੀ ਬਹੁਤ ਸੀ, ਹੁਣ ਨਹੀਂ ਹੈ ਜੀ। ਆ ਜਦ ਮੂਵਮੈਂਟ ਚੱਲੀ ਨਾ ਖਾਲਿਸਤਾਨ ਦੀ, ਉਸ ਤੋਂ ਬਾਅਦ ਹਿੰਦੂ ਪਿੰਡਾਂ 'ਚ ਸ਼ਿਫਟ ਕਰ ਗਿਆ ਜੀ। ਉਹੀ ਡਰ ਚੀ ਜਿਵੇਂ ਕਰੋਨਾ ਦਾ ਡਰ ਬਹੁਤ ਜ਼ਿਆਦਾ ਫੈਲਿਆ ਹੋਇਆ ਜੀ, ਹਾਂਜੀ, ਤੇ ਮੌਤਾਂ ਤੋਂ ਉਦੋਂ ਕਈ ਗੁਣਾ ਹੋਰ ਪਾਸਿਆਂ ਨਾਲ ਵੀ ਹੁੰਦੀਆਂ ਨੇ, ਸੋ ਭੈ ਪੈਦਾ ਹੋ ਗਿਆ, ਭੈ ਪੈਦਾ ਕਰਤਾ ਸੀ, ਹਿੰਦੂ ਪਿੰਡਾਂ 'ਚੋਂ ਸ਼ਿਫਟ ਕਰ ਗਿਆ। ਉਹ ਮੰਡੀ 'ਚ ਜਾ ਕੇ ਫਿਰ ਹੋਰ ਕਮਿਊਨਲ ਹੋ ਗਿਆ, ਉਹ ਕਮਿਊਨਲ ਹੋ ਗਿਆ, ਫਿਰ ਬਾਅਦ ਹੋਰ ਕਮਿਊਨਲ ਹੋ ਗਿਆ, ਉਹਨਾਂ ਕੋਲ ਘਰ ਛੱਡਣ ਦਾ, ਘਰ ਛੱਡਣ ਦਾ ਦੁੱਖ ਵੀ ਹੁੰਦਾ, ਦੁੱਖ ਸੀ। 1961 ਦੀ ਮਰਦਮਸ਼ੁਮਾਰ 'ਚ ਇੱਕ ਤਾਂ ਪਾਸੇ ਵਿਖਾਇਆ ਗਿਆ, ਦੂਜਾ ਪਾਸਾ ਕੀ ਕਰਿਆ ਗਿਆ? ਦੂਜਾ ਪਾਸਾ ਕੇਂਦਰ ਸਰਕਾਰ ਨੇ ਜਦ ਪੰਜਾਬੀ ਜਿਹੜੀ ਸਾਡੀ ਸ਼ਡਿਊਲਡ ਲੈਂਗੁਏਜ ਸੀ, ਪਹਿਲਾਂ 14 ਲੈਂਗੁਏਜ ਸੀ ਜੀ, ਹੁਣ 22 ਨੇ, ਉਹ ਸ਼ਡਿਊਲ 'ਚ ਪੰਜਾਬੀ ਪਹਿਲਾਂ ਤੋਂ ਹੀ ਸੀ, ਉਹ 14 ਪਹਿਲਾਂ ਤੋਂ ਸੀ। ਹਾਂ, ਫੈਸਲਾ ਸੀ ਵੀ ਆਜ਼ਾਦੀ ਤੋਂ ਬਾਅਦ ਅਸੀਂ ਭਾਸ਼ਾ ਦੇ ਆਧਾਰ 'ਤੇ ਸੂਬੇ ਬਣਾਵਾਂਗੇ, ਪੰਜਾਬ ਕਿਉਂ ਨਹੀਂ ਬਣਿਆ ਸੂਬਾ? ਪੰਜਾਬੀਆਂ ਨੂੰ ਸਟਰਗਲ ਕਿਉਂ ਕਰਨਾ ਪਿਆ? ਮੋਰਚੇ ਲਾਉਣੇ ਪਏ, ਸ਼ਹੀਦੀਆਂ ਹੋਈਆਂ, 16 ਤੇ 3 19 ਸਾਲ ਸਟਰਗਲ ਕਰਨਾ ਪਿਆ, ਤਾਂ ਜਾ ਕੇ 1966 ਨੂੰ ਲਾਂਗੜਾ ਜਾਂ ਪੰਜਾਬੀ ਸੂਬਾ ਬਣਿਆ। ਜਦਕਿ ਦੱਖਣ ਦੇ ਵਿੱਚ ਪਹਿਲਾਂ ਹੀ ਬਣ ਗਏ ਸੀ, ਕੰਨੜ ਤੇ ਕਰਨਾਟਕਾ ਬਣ ਗਿਆ ਸੀ, ਸਾਰੇ ਬਣ ਗਏ ਸੀ, ਤਾਮਿਲਨਾਡੂ ਦੇ ਵੰਡਿਆ ਗਿਆ, ਕਰਨਾਟਕਾ ਵੰਡਿਆ ਗਿਆ, ਬੰਗਲੌਰ ਜਿਵੇਂ ਕਹਿੰਦੇ ਹੁੰਦੇ ਸੀ, ਹਾਂਜੀ ਹਾਂਜੀ, ਬੰਬਈ ਮਹਾਰਾਸ਼ਟਰ ਵੰਡਿਆ ਗਿਆ, ਗੁਜਰਾਤ ਹੋਇਆ, ਬਹੁਤ ਸਾਰੇ ਸੂਬੇ ਬਣੇ। ਮੈਂ ਆਪਣੇ ਕਾਲਰਸ ਨੂੰ ਬੇਨਤੀ ਕਰਦਾ, ਥੋੜ੍ਹਾ ਜਿਹਾ ਡਰਾਮਾ ਬਣਾ ਕੇ ਰੱਖੋ, ਸਾਰਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਸਾਰੇ ਸ਼ਿੱਦਤ ਦੇ ਨਾਲ ਡਾਕਟਰ ਸਾਹਿਬ ਨੂੰ ਸੁਣਨਾ ਚਾਹੁੰਦੇ ਨੇ, ਉਹਨਾਂ ਨੂੰ ਸਵਾਲ ਵੀ ਕਰਨਾ ਚਾਹੁੰਦੇ ਨੇ, ਜੇ ਸਵਾਲ ਕਰਨਾ ਤਾਂ ਨਿੱਕਾ ਜਿਹਾ, ਮਤਲਬ ਘੱਟ ਸ਼ਬਦਾਂ ਦੇ ਵਿੱਚ ਵੱਡਾ ਤੀਰ ਮਾਰਨਾ ਅਤੇ ਜਵਾਬ ਦੇਣਗੇ ਇਹ। ਅਤੇ ਆਪਾਂ ਮਤਲਬ ਜਿਹੜੀ ਸਮੱਸਿਆ ਹੈ, ਮੈਂ ਦਰਸ਼ਕਾਂ ਦੇ ਨਾਲ ਮੁਖਾਤਬ ਹੋ ਗਿਆ ਸੀਗਾ, ਜਿਹੜੀ ਇਹ ਸਮੱਸਿਆ ਹੈ ਇਹਦੇ 'ਤੇ ਆਪਾਂ ਗੱਲਬਾਤ ਅੱਗੇ ਜਾਰੀ ਰੱਖਾਂਗੇ, ਇੱਕ ਹੋਰ ਛੋਟਾ ਜਿਹਾ ਬ੍ਰੇਕਰ, ਠੀਕ ਹੈ, ਫਿਰ ਉਸ ਤੋਂ ਬਾਅਦ ਆਉਂਦੇ ਹਾਂ। ਸੋ ਮਿਲਦੇ ਹਾਂ ਜਲਦੀ ਜਸ ਬ੍ਰੌਡਕਾਸਟਿੰਗ 'ਤੇ। ਸਵਾਗਤ ਹੈ ਜੀ ਤੁਹਾਡਾ। ਅੱਜ ਦਾ ਮੁੱਦਾ ਪੰਜਾਬੀ ਕੌਮੀਅਤ ਅਤੇ ਪੰਜਾਬੀ ਕੌਮੀਅਤ ਦਾ ਸੰਕਲਪ ਅਤੇ ਹਿੰਦੂ, ਪੰਜਾਬ ਦੇ ਹਿੰਦੂ ਖਾਸ ਕਰਕੇ, ਇਸ ਵਿਸ਼ੇ ਦੇ ਉੱਤੇ ਡਾਕਟਰ ਪਿਆਰੇ ਲਾਲ ਗਰਗ, ਪੰਜਾਬੀ ਸੂਬਾ ਬਣ ਗਿਆ, ਹਾਂਜੀ, ਜੇ ਕਹੀਏ ਵੀ ਸੂਬੇ ਬਣ ਗਏ, ਵਧੇਰੇ ਉਹ ਰਹੂਗਾ, ਅੱਜ ਦੇ ਹਾਲਾਤਾਂ ਤੱਕ ਪਹੁੰਚ ਗਏ ਆਪਾਂ, ਕੀ ਸਥਿਤੀ ਹੈ? ਕੋਈ ਰਾਜਸੀ ਹੱਲ ਹੈ, ਕੋਈ ਪੋਲੀਟੀਕਲ ਹੱਲ ਹੈ? ਵੋਟ ਪਾਉਣ ਨਾਲ ਤੁਸੀਂ ਹੁਕਮਰਾਨਾਂ ਨੂੰ ਬਦਲ ਸਕਦੇ ਹੋ ਕਿ ਨਹੀਂ? ਇੱਕ ਫੇਕ ਜਾਂ ਇੱਕ ਆਈਡੀਆ ਹੈਗਾ ਸਾਡੇ ਸਾਹਮਣੇ, ਕੀ ਤੁਹਾਡੇ? ਮੈਨੂੰ ਐਂ ਲੱਗਦਾ ਵੀ ਜਦ ਸਾਨੂੰ ਪੰਜਾਬੀ ਸੂਬਾ ਮਿਲਿਆ, ਉਹਦੇ ਵਿੱਚ ਵੀ ਇੱਕ ਬੇਈਮਾਨੀ ਸੀ ਮਿਲਣ ਵੇਲੇ ਵੀ, ਤੇ ਜਿਨ੍ਹਾਂ ਨੇ ਲਿਆ ਉਹਨਾਂ ਦੀ ਵੀ ਥੋੜ੍ਹੀ ਜਿਹੀ ਕਮਜ਼ੋਰੀ ਸੀ, ਦੋਵੇਂ ਧਿਰਾਂ ਬੇਈਮਾਨ, ਦੋਨਾਂ ਧਿਰਾਂ ਨੇ ਬੇਈਮਾਨੀ ਕਰੀ ਹੈ, ਪੰਜਾਬੀਆਂ ਨਾਲ ਧੋਖਾ ਦੋਹਾਂ ਧਿਰਾਂ ਨੇ ਕਰਿਆ। ਉਹਦੇ ਵਿੱਚੋਂ ਨਿਕਲਿਆ ਵੱਡੇ ਧਿਰ ਜਿਹੜੀ ਆ ਉਹ ਵੱਡੀ ਧੋਖਾ ਕਰਦੀ ਹੈ, ਛੋਟੀ ਧਿਰ ਉਹਦਾ ਛੋਟਾ ਧੋਖਾ ਹੁੰਦਾ, ਇਹ ਤਾਂ ਹਮੇਸ਼ਾ ਹੀ ਹੈ, ਉਹ ਐਕਸਕਿਊਜ਼ ਵੀ ਲੈ ਜਾਂਦੀ ਹੈ। ਹਾਂ, ਉਹ ਵੱਡੀ ਧਿਰ ਨੇ ਵੱਡਾ ਧੋਖਾ ਕਰਿਆ ਕਿ ਤੁਸੀਂ ਨਾ ਉਹਦੀ ਰਾਜਧਾਨੀ ਦਿੰਦੇ ਹੋ, ਉਹਦੇ ਪਾਣੀ ਦਾ ਝਗੜਾ, ਤੁਸੀਂ ਆਪਦੇ ਕੋਲ ਕਬਜ਼ੇ 'ਚ ਰੱਖ ਲੈਣੋ ਕਈ ਚੀਜ਼ਾਂ, ਬਾਕੀ ਸੂਬਿਆਂ ਦੀ ਵੰਡ ਜਦ ਹੋਈ ਹੈ ਉਹਦੇ ਨਿਯਮ ਵੀ ਨਹੀਂ ਤੁਸੀਂ ਲਾਗੂ ਕਰੇ। ਜਿਹੜਾ ਇੰਟਰਨੈਸ਼ਨਲ ਲੈਵਲ 'ਤੇ ਪਾਣੀ ਦੇ, ਦਰਿਆਵਾਂ ਦੇ ਪਾਣੀ ਦੇ ਮੁੱਦੇ ਨੇ, ਉਹ ਸੈਟਲ ਲਾ ਹੈ, ਤੁਸੀਂ ਉਹ ਵੀ ਨਹੀਂ ਧਿਆਨ 'ਚ ਰੱਖਿਆ। ਤੁਸੀਂ ਇੱਕ ਸਪੈਸ਼ਲ ਟਰੰਕੇਟਡ ਜਿਹਨੂੰ ਮੈਂ ਕਹਾਂਗਾ, ਕੱਟਿਆ ਫਟਿਆ ਤੁਸੀਂ ਦੇਤਾ, ਤੇ ਉਹ ਕਹਿਤਾ ਵੀ ਇਹ ਪੰਜਾਬੀ ਸੂਬਾ ਦਿੱਤਾ। ਦੂਜਿਆਂ ਨੇ ਸ਼ਾਇਦ ਇਸ ਕਰਕੇ ਲੜੀ ਵੀ ਸਾਡੀ ਸਿੱਖਾਂ ਦੀ ਮੈਜੋਰਟੀ ਹੋ ਜੇ, ਸਾਡਾ ਰਾਜ ਬਣ ਜੇ, ਰਾਜ ਭਾਵੇਂ ਫਿਰ ਬਣਾ ਬਣੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਅਤੇ ਆਪਾਂ ਇੱਕ ਮਸਲਾ ਹੋਰ ਹੈ, ਹਾਂਜੀ, ਅੱਜ ਡਾਕਟਰ ਪਿਆਰੇ ਲਾਲ ਗਰਗ, ਕਿਉਂਕਿ ਇੱਕ ਹਿੰਦੂ ਚਿਹਰਾ ਅਤੇ ਕਾਮਯਾਬੀ ਦੇ ਨਾਲ ਬਾ ਦਲੀਲ ਤਰੀਕੇ ਨਾਲ ਤਰਕ ਦੇ ਕੇ, ਐਨ ਬਾ ਦਲੀਲ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਲੋਕਾਂ 'ਚ ਰੱਖਦਾ, ਅੱਜ ਇਹ ਜੇ ਪੋਲੀਟੀਕਲ ਦੇ ਵਿੱਚ, ਪੋਲੀਟੀਕਲ ਸੀਨ ਦੇ ਵਿੱਚ ਐਂਟਰੀ ਕਰਨਾ ਚਾਹੁੰਦਾ ਤਾਂ ਉਹਨੂੰ ਸਿਸਟਮ ਹੈ ਜਿਹੜਾ ਆਉਣ ਨਹੀਂ ਦੇਵੇਗਾ ਅੱਗੇ। ਅਜਿਹੇ ਹੋਰ ਤੁਸੀਂ ਕਿਹਾ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਮੇਰੇ ਵਾਂਗੂ ਗੱਲ ਕਰਦੇ ਨੇ, ਇਹ ਇਹ ਪੋਲਿਟਿਕਸ ਦੇ ਵਿੱਚ ਅੱਗੇ ਉਹ ਸਿਸਟਮ ਇਹਨਾਂ ਨੂੰ ਆਉਣ ਨਹੀਂ ਦਿੰਦਾ ਹੈਗਾ, ਕਿਉਂ ਕੀ ਕਾਰਨ ਹੈ? ਮੈਂ ਇਸ ਤੇ ਕਿ ਠੱਗ ਚੋਰਾਂ ਨੂੰ ਹੀ ਅੱਗੇ ਲਿਆਉਣ ਦੇ ਲਈ, ਮੈਂ ਤਾਂ ਖੈਰ ਵੈਸੇ ਨਹੀਂ ਆਉਣਾ, ਮੈਂ ਤਾਂ ਕਿਹਾ ਨਹੀਂ, ਵੈਸੇ ਮੈਨੂੰ ਪਤਾ ਤੁਸੀਂ ਨਹੀਂ ਆਉਣਾ। ਮੈਂ ਜਿਹੜੀ ਗੱਲ ਕਹਿਣਾ ਉਹ ਇਹ ਹੈ ਵੀ ਅੱਜ ਸਾਡੀ ਪੋਲਿਟਿਕਸ ਪਰਿਵਾਰਵਾਦ ਤੇ ਹੋ ਗਈ, ਜਿਹੜੀ ਮਰਜ਼ੀ ਪਾਰਟੀ ਹੈ ਉਹ ਸਿਰਫ ਪਰਿਵਾਰਵਾਦ, ਵਪਾਰ, ਅੱਜ ਪੋਲਿਟਿਕਸ ਸੇਵਾ ਨਹੀਂ ਰਹੀ। ਸਿੱਖੀ ਸਭ ਤੋਂ ਵੱਡੀ ਸੇਵਾ ਦੀ ਹੈ, ਪਰ ਅੱਜ ਜਿਹੜੀ ਸਿੱਖੀ ਤੋਂ ਆਸ ਸੀ, ਮੈਨੂੰ ਕਿੱਥੇ ਪਿੱਛੇ ਪੁੱਛ ਰਹੇ ਸੀ, ਨਾ ਤਾਂ ਕਾਂਗਰਸ ਨੇ ਪੰਜਾਬ ਦੇ ਮੁੱਦੇ ਲੈਣੇ ਨੇ, ਉਹ ਕਹਿਣਗੇ ਅਸੀਂ ਗਵਰਨੈਂਸ ਚੰਗੀ ਕਰਾਂਗੇ, ਕਿਉਂਕਿ ਮੁੱਦੇ ਤਾਂ ਲੈ ਹੀ ਨਹੀਂ ਸਕਦੇ, ਨਾ ਆਪਾਂ ਲੈਣੇ। ਮੈਂ ਅੱਜ ਇੱਥੇ ਬਹਿ ਕੇ ਕਹਿਣ ਨੂੰ ਤਿਆਰ ਹਾਂ, ਕਿਉਂਕਿ ਉਹ ਵੀ ਗਵਰਨੈਂਸ ਦੀ ਗੱਲ ਕਰਨਗੇ, ਕਿਉਂਕਿ ਬਹੁਤ ਵਧੀਆ ਵਧੀਆ ਚਿਹਰੇ ਉਹਨਾਂ ਨੇ ਦਰਕਿਨਾਰ ਕਰ ਦਿੱਤੇ, ਗਵਰਨੈਂਸ ਦੀ ਗੱਲ ਕਰਨਗੇ। ਜੇ ਮੁੱਦਾ ਲਊਗਾ ਕੋਈ ਤਾਂ ਸਿੱਖ ਹੀ ਲੈ ਸਕਦੇ ਨੇ, ਅਕਾਲੀ ਦਲ ਹੀ ਲੈ ਸਕਦਾ, ਅਕਾਲੀ ਦਲ ਨੇ, ਪਰ ਆਪਾਂ ਨੂੰ ਪਤਾ ਹੀ ਹੈ ਜੋ ਉਹਦੀ ਪੋਜੀਸ਼ਨ ਖੜੀ ਹੈ ਡਿਵੀਜ਼ਨ ਦੀ ਵੀ, ਅਤੇ ਉੱਤੇ ਜੋ ਸਾਂਝਾ ਉਹ ਵੀ ਸਾਰੇ ਉਸੇ ਦੇ। ਜਿਹੜਾ ਪੰਜਾਬੀ ਸੂਬੇ ਨੂੰ, ਪੰਜਾਬ ਨੂੰ, ਪੰਜਾਬੀਅਤ ਨੂੰ, ਪੰਜਾਬੀ ਕੌਮ ਨੂੰ ਢਾਹ ਲਾ ਰਿਹਾ, ਉਹਦੇ ਪੈਰ ਤਲਵੇ ਚੱਟ ਰਹੇ ਨੇ,
ਚੱਟ ਰਹੇ ਨੇ, ਚੱਟ ਲਏ ਉਹਨਾਂ ਨੇ ਹੁਣ ਤਾਂ ਕਿਸੇ ਹੋਰ ਦੇ ਤਲਵੇ ਤੇ ਸਾਰੇ ਗਰੁੱਪ ਬਣ ਕੇ, ਜਿੰਨੇ ਗਰੁੱਪ ਕਹਿੰਦੇ ਨੇ ਵੀ ਅਸੀਂ ਉਹਨਾਂ ਤੋਂ ਵੱਖਰੇ ਹਾਂ ਉਹਨਾਂ ਤੋਂ ਵੱਖਰੇ, ਸਾਰੇ ਉਹਦੇ ਥੱਲੇ ਜਾ ਰਹੇ ਨੇ ਬਿਲਕੁਲ। ਸੋ ਮੱਚ ਸੋ ਜੇ ਸ਼੍ਰੋਮਣੀ ਕਮੇਟੀ ਦੇ ਵਿੱਚ ਤਾਂ ਕਬਜ਼ੇ ਦੀ ਗੱਲ ਕਰਦੇ ਨੇ ਵੀ ਅਸੀਂ ਤੋੜਨਾ ਹੈ ਤੇ ਕਬਜ਼ਾ ਕਰਾਉਣਾ ਕਿਹਦਾ ਆਰਐਸਐਸ ਦਾ, ਜੇ ਆਰਐਸਐਸ ਦਾ ਕਬਜ਼ਾ ਸ਼੍ਰੋਮਣੀ ਕਮੇਟੀ 'ਤੇ ਕਰਾਉਣਾ ਹੈ ਸ਼ਰੇਆਮ ਵੀ ਹਾਂਜੀ ਉਹ ਤਾਂ ਮੇਰੇ ਦੋਸਤ ਨੇ, ਜੇ ਆਰਐਸਐਸ ਨੇ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰਨਾ ਹੈ ਫਿਰ ਸਿੱਖ ਫਲਸਫੇ ਨਾਲ ਧੋਖਾ ਹੈ ਸਰਾਸਰ। ਜਿੰਨਾ ਮਰਜ਼ੀ ਰੂਪ ਜਿਹੜਾ ਮਰਜ਼ੀ ਬਣਾ ਲਓ, ਰੂਪ ਬਣਾ ਕੇ ਨਹੀਂ, ਸਿੱਖ ਫਲਸਫਾ ਜਿਹੜਾ ਹੈ ਉਹ ਆਰਐਸਐਸ ਸਿੱਖ ਫਲਸਫੇ ਦੀਆਂ ਜੜ੍ਹਾਂ 'ਚ ਤੇਲ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਹ ਗੱਲ ਵੱਖਰੀ ਹੈ ਵੀ ਫਲਸਫਾ ਹੀ ਇੰਨਾ ਤਕੜਾ ਹੈ ਕਿ ਉਹ ਇੰਨਾ ਨਹੀਂ ਤੋੜ ਸਕੇ, ਕਿਤਾਬਾਂ 'ਚ ਤੋੜ ਮਰੋੜ ਕੇ ਨਾਗਪੁਰ ਤੋਂ ਕਿਤਾਬਾਂ ਲਿਖ ਕੇ ਤੁਸੀਂ ਗੁਰੂ ਸਾਹਿਬ ਨੂੰ ਕੁਛ ਹੋਰ ਹੀ ਤਰ੍ਹਾਂ ਦੀਆਂ ਸ਼ਕਲਾਂ ਬਣਾ ਕੇ ਤੁਸੀਂ ਕਹੀ ਜਾਂਦੇ ਹੋ ਵੀ ਹਿੰਦੂਆਂ ਦੀ ਰਾਖੀ ਵਾਸਤੇ ਆ। ਹੁਣ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੋਇਆ, ਰਾਸ਼ਟਰੀ ਸਿੱਖ ਸੰਘ ਦੇ ਬੰਦੇ ਨੇ ਇਹ ਕਹਿ ਕੇ ਕਿ ਮੈਂ ਤਾਂ ਬਹੁਤ ਗਿਆਨਵਾਨ ਹਾਂ ਜੀ, ਮੈਂ ਬੜਾ ਪੜ੍ਹਿਆ ਹੋਇਆ ਜੀ, ਮੈਂ ਗਵਾਹੀ ਦੇਣੀ ਆ, ਮੰਨਿਆ ਗਵਾਹੀ ਦੇਣ ਤੱਕ। ਅੱਗੋਂ ਗਵਾਹੀ ਨੂੰ ਜੱਜ ਸਾਹਿਬ ਨੇ ਸੁਪਰੀਮ ਕੋਰਟ ਨੇ ਮੰਨ ਲਿਆ ਵੀ ਹਾਂ ਇਹ ਠੀਕ ਕਹਿੰਦਾ, ਔਰ ਉਹ ਕਹਿੰਦਾ ਵੀ ਗੁਰੂ ਨਾਨਕ ਦੇਵ ਜੀ ਰਾਮ ਜਨਮ ਭੂਮੀ ਦੇ ਦਰਸ਼ਨ ਕਰਨ ਗਏ ਨੇ। ਮੈਂ ਤਾਂ ਸਿੱਖ ਇਤਿਹਾਸ ਪਤਾ ਨਹੀਂ ਕਿੰਨਾ ਪੜ੍ਹਦਾ ਰਹਿਣਾ, ਕਿਤੇ ਸਾਨੂੰ ਮਿਲਦੀ ਨਹੀਂ ਗੱਲ, ਕਿਤੇ ਲੱਭਿਆ ਨਹੀਂ ਜੀ ਗੱਲ। ਹੁਣ ਜੇ ਸੁਪਰੀਮ ਕੋਰਟ ਨੇ ਕਹਿਤਾ, ਔਰ ਸਾਡੇ ਜਿਹੜੇ ਜ਼ਿਆਦਾ ਲੋਕ ਨੇ ਬੁੱਧੀਜੀਵੀ ਵੀ ਉਹ ਕਹੀ ਗਏ ਸਾਨੂੰ ਕਲਟ ਕਹਿਤਾ ਜੀ, ਮੈਂ ਕਹਿੰਦਾ ਕਲਟ ਕਹਿ ਦੇਣ ਨਾ ਕਹਿ ਦੇਣ ਬਹੁਤਾ ਫਰਕ ਨਹੀਂ ਪੈਣਾ ਸੀ, ਜਿੰਨਾ ਇਹ ਫਰਕ ਪਿਆ ਕਿ ਜੀ ਇੱਕ ਤਾਂ ਸ਼੍ਰੋਮਣੀ ਕਮੇਟੀ ਚੰਗੀ ਹੈ ਮਾੜੀ ਹੈ, ਕਾਨੂੰਨੀ ਬਾਡੀ ਹੈ, ਉਹ ਸੰਵਿਧਾਨ ਦੇ ਤਹਿਤ ਬਣੀ ਹੈ ਉਹ ਬਿਲਕੁਲ, ਤੇ ਉਹਦੀ ਰਾਏ ਲੈਣੀ ਬਣਦੀ ਸੀ। ਇਹਦੀ ਵਜ੍ਹਾ ਕੋਈ ਤੁਰਿਆ ਜਾਂਦਾ ਬੰਦਾ ਕਹਿੰਦੇ ਕੱਲ੍ਹ ਮੈਂ ਡਾਕਟਰ ਹਾਂ, ਤੁਸੀਂ ਹੈ ਨਹੀਂ ਡਾਕਟਰ, ਤੁਸੀਂ ਕਹੋ ਜੀ ਮੈਨੂੰ ਬੜਾ ਪਤਾ ਪੋਸਟਮਾਰਟਮ ਬਾਰੇ, ਮੇਰੀ ਗਵਾਹੀ ਲੈ ਲਓ ਤੇ ਸੁਪਰੀਮ ਕੋਰਟ ਉਹਨੂੰ ਮੰਨ ਲਏ ਰੋਵੇ ਰਾਮ ਨੇ ਕਾਲਾ ਪਾਇਆ ਸੀਤਾ ਲਖਨ ਵਿਛੜ ਗਏ ਉਸ ਰਾਮ ਜਨਮ ਭੂਮੀ ਦੇ, ਉਹ ਜਿਹੜਾ ਰਾਮ ਆ ਉਹ ਹੋਰ ਹੈ, ਜਿਹੜਾ ਗੁਰਬਾਣੀ ਰਾਮ ਹੈ ਘੱਟ ਘੱਟ ਵਸੇ ਘੱਟ ਘੱਟ ਵਸੇ ਹੈ, ਦਸਰਥ ਦਾ ਪੁੱਤਰ ਰਾਮ ਨੀ ਉਹ ਨੀ, ਪਰ ਇਹ ਰਾਮ ਜਨਮ ਭੂਮੀ ਦਸਰਥ ਪੁੱਤਰ ਰਾਮ ਦੀ ਹੈ, ਇਹ ਤਾਂ ਇੱਕ ਰਾਜੇ ਦੀ ਹੈ ਉਹੀ, ਠੀਕ ਹੈ ਨਾ, 3600 ਰਾਜੇ ਹੋਏ ਨੇ, ਹਾਂ ਰਾਜਿਆਂ ਦਾ ਰਾਜ ਦੀ ਲੜਾਈ ਸੀ ਉਹ, ਠੀਕ ਹੈ। ਸੋ ਜਦ ਅਸੀਂ ਜਿਹੜੇ ਸਾਡੇ ਵਿਦਵਾਨ ਐਸ ਜੀ ਪੀ ਸੀ ਸਾਰੇ ਪਹਿਲਾਂ ਤਾਂ ਇਹ ਨਹੀਂ ਸਟ੍ਰੈਸ ਕਰੇ ਜੀ ਸਾਨੂੰ ਕਿਉਂ ਨਹੀਂ ਪੁੱਛਿਆ, ਅਸੀਂ ਕਾਨੂੰਨੀ, ਫਿਰ ਜਿਹੜਾ ਗਲਤ ਲਿਖਿਆ ਵੀ ਇਹਨੂੰ ਮਨਸੂਖ ਕਰੋ, ਕਲਟ ਦੇ ਉੱਤੇ ਪਾਇਆ ਇਹਨਾਂ ਨੇ ਕੇਸ ਜਿਹੜਾ ਪਾਇਆ, ਰਾਮ ਜਨਮ ਭੂਮੀ ਦੇ ਦਰਸ਼ਨ ਕਰਨ ਗਏ ਗੁਰੂ ਨਾਨਕ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਵੀ ਗਏ ਨੇ, ਇਹਦੇ ਉੱਤੇ ਕਿਸੇ ਨੇ ਇਤਰਾਜ਼ ਨਹੀਂ ਕਰਿਆ ਉਸ ਤਰੀਕੇ ਦਾ, ਜਦਕਿ ਇਹ ਕਰਨਾ ਬਣਦਾ ਸੀ ਬਣਦਾ ਸੀਗਾ। ਅੱਛਾ ਇੱਕ ਛੋਟਾ ਜਿਹਾ ਸਵਾਲ, ਕੀ ਡਾਕਟਰ ਪਿਆਰੇ ਲਾਲ ਗਰਗ ਨੂੰ ਇਹ ਲੱਗਦਾ ਜਿਸ ਚੇਤਨਾ ਦੇ ਨਾਲ ਜਿਸ ਗਰਮ ਜੋਸ਼ੀ ਦੇ ਨਾਲ ਉਹ ਗੱਲ ਕਰਦੇ ਨੇ ਕਿ ਆਉਣ ਵਾਲੇ ਕੁਛ ਸਮੇਂ ਦੇ ਵਿੱਚ ਪੰਜਾਬ ਦਾ ਕੁਛ ਮੱਲਮ ਪੱਟੀ ਲੱਗੂਗੀ ਕਿਤੇ? ਬਿਲਕੁਲ ਲੱਗੂਗੀ, ਬਿਲਕੁਲ ਲੱਗੂਗੀ। ਮੈਂ ਜੋ ਮੈਂ ਦੇਖਦਾ, ਮੈਂ ਜਾਣਾ, ਮੈਂ ਕੋਈ ਮੈਂ ਨਹੀਂ ਹਾਂ, ਬਹੁਤ ਸਾਰੇ ਲੋਕ ਨੇ ਉਹਨਾਂ 'ਚ ਮੈਂ ਇੱਕ ਹਾਂ। ਵੈਰੀ ਗੁੱਡ। ਗਿਆਨੀ ਕੇਵਲ ਸਿੰਘ ਜੀ ਨੇ, ਪ੍ਰੋਫੈਸਰ ਜਗਮੋਹਨ ਸਿੰਘ ਜੀ ਨੇ, ਡਾਕਟਰ ਗਿਆਨ ਸਿੰਘ ਨੇ, ਡਾਕਟਰ ਸ਼ਾਮ ਸੁੰਦਰ ਦੀਪਤੀ ਨੇ, ਹਮੀਰ ਸਿੰਘ ਨੇ, ਬਹੁਤ ਸਾਰੇ ਲੋਕ, ਡਾਕਟਰ ਮੇਘਾ ਸਿੰਘ ਨੇ, ਬਹੁਤ ਸਾਰੇ ਲੋਕ ਜਿਹੜੇ ਵੱਡੇ ਵੱਡੇ ਅਹੁਦਿਆਂ 'ਤੇ ਵੀ ਰਹੇ ਨੇ, ਜਿਨ੍ਹਾਂ ਨੇ ਬਹੁਤ ਘਾਲਣਾ ਘਾਲੀ ਹੈ, ਉਹ ਪੰਜਾਬ ਦੇ ਲੋਕਾਂ 'ਚ ਜਾ ਰਹੇ ਨੇ, ਮੋਗੇ, ਬਠਿੰਡੇ, ਮਾਨਸਾ, ਬਰਨਾਲਾ, ਸੰਗਰੂਰ, ਪਟਿਆਲਾ, ਹੁਸ਼ਿਆਰਪੁਰ, ਹੈ ਜੀ ਰੋਪੜ। ਪਹਿਲਾ ਕਾਲਰ ਲੈਂਦੇ ਹਾਂ, ਹੈ ਨਾ, ਦੇਖਦੇ ਹਾਂ ਸਾਡੇ ਦਰਸ਼ਕ ਕੀ ਕਹਿੰਦੇ ਨੇ, ਇਹ ਵੀ ਸਾਡੇ ਲਈ ਜ਼ਰੂਰੀ ਨੇ। ਹਾਂਜੀ ਹਾਂਜੀ ਜ਼ਰੂਰ। ਹਾਂਜੀ ਸਵਾਗਤ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ, ਕੀ ਨਾਮ ਹੈ? ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਦੋ ਸਬਜੈਕਟ ਤੇ ਗੱਲ ਕਰਨੀ ਹੈ, ਇੱਕ ਤਾਂ ਆਪਣੇ ਗਰਗ ਸਾਹਿਬ ਨਾਲ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਤਾਂ ਜਦੋਂ ਆਪਣੀ ਹੋਈ 47 ਦੀ ਵੰਡ ਹੋਈ ਆ, ਉਸ ਟਾਈਮ ਤੁਸੀਂ ਬੜੇ ਇਸ ਕੰਮ 'ਚ ਪੜ੍ਹੇ ਲਿਖੇ, ਖੋਜ ਵੀ ਕਰੀਏ ਵੀ ਉਸ ਟਾਈਮ ਸਿੱਖਾਂ ਨੇ ਜੇਲਮ ਤੱਕ ਆਪਣਾ ਪੰਜਾਬ ਕਲੇਮ ਕਿਉਂ ਨਹੀਂ ਕਰਿਆ, ਕਿਉਂਕਿ ਸਾਡੀ ਸਾਰੀ ਸਿੱਖੀ ਦਾ ਧੁਰਾ ਦੂਸਰੇ ਪਾਸੇ ਰਹਿ ਗਿਆ, ਤੇ ਇੱਕੋ ਇੱਕ ਕੌਮ ਆ ਜਿਹਨਾਂ ਕੋਲ ਆਪਣਾ, ਜਿੱਥੋਂ ਉਹਨਾਂ ਦੀ ਆਪਣਾ ਧੁਰਾ ਸ਼ੁਰੂ ਹੋਇਆ, ਸਿੱਖਾਂ ਕੋਲੇ ਨਹੀਂ, ਮੁਸਲਮਾਨਾਂ ਕੋਲੇ ਆਪਦਾ, ਹਿੰਦੂਆਂ ਕੋਲੇ ਆਪਣਾ, ਆਪਣੇ ਮੁਸਲਮਾਨਾਂ ਕੋਲੇ ਆਪਣਾ, ਤੇ ਜਾਂ ਆਪਣੇ ਕ੍ਰਿਸਚਨ ਕੋਲੇ ਆਪਣਾ ਹੈਗਾ, ਤੇ ਇਹ ਬਾਰੇ ਤੁਹਾਨੂੰ ਚਾਨਣਾ ਪਵੇ ਕਿ ਸਾਨੂੰ ਅਸੀਂ ਕਿੰਨਾ ਚਿਰ ਸਟਰਗਲ ਕਰਾਂਗੇ, ਰਾਂਘੇ ਨਾਂਘੇ ਮੰਗਦੇ ਰਹਾਂਗੇ, ਸਾਡਾ ਉਸ ਜਗ੍ਹਾ ਤੇ ਕੰਟਰੋਲ ਹੋਣਾ ਚਾਹੀਦਾ। ਕੀ ਨਾਮ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਮੈਂ ਨਾ ਬਲਿੰਦਰ ਹੈ ਜੀ, ਮੈਂ ਬਲਿੰਦਰ ਗਿੱਲ ਜੀ, ਮੈਂ ਸੈਕਰਮੈਂਟ ਤੋਂ ਬੋਲ ਰਿਹਾ ਜੀ। ਬਹੁਤ ਧੰਨਵਾਦ ਤੁਹਾਡਾ। ਹਾਂਜੀ ਹਾਂਜੀ, ਦੇਖੋ ਮੋਟੀ ਗੱਲ ਇਹ ਹੈ ਵੀ ਜਿਹੜੀ ਉਹ ਡਿਵੀਜ਼ਨ ਹੋਈ ਹੈ ਉਹ ਸਿੱਖਾਂ ਨੂੰ ਤਾਂ ਕਿਤੇ ਮੰਨਿਆ ਨਹੀਂ ਗਿਆ ਉਹਦੇ 'ਚ,
ਇਸ ਕਰਕੇ ਜੇਲ੍ਹ ਮਹਾਲਾ ਸਵਾਲ ਤਾਂ ਉਹ ਤਾਂ ਡਿਵੀਜ਼ਨ ਇੱਕ ਦੋ ਹਿੱਸੇ ਅੰਗਰੇਜ਼ ਨੇ ਕਰੇ ਨੇ, ਉਹਦੇ ਵਿੱਚ ਜੇ ਸਿੱਖਾਂ ਦੇ ਗੁਰਦੁਆਰੇ ਉੱਧਰ ਰਹਿ ਗਏ, ਜੇਲ੍ਹ ਤੱਕ ਪੰਜਾਬ ਸੀ, ਪੰਜਾਬ ਤਾਂ ਉਦੋਂ ਵੀ ਅੱਗੇ ਸੀ, ਅੱਗੇ ਸੀ। ਸੋ ਉਹ ਪੰਜਾਬ ਦੀ ਇਸ ਤਰ੍ਹਾਂ ਪੰਜਾਬ ਦੀ ਤਾਂ ਡਿਵੀਜ਼ਨ ਕਰੀ ਹੈ ਸਾਰੀ, ਉੱਧਰੋਂ ਬੰਗਾਲ ਦੀ ਕਰੀ ਹੈ, ਉੱਧਰੋਂ ਪੰਜਾਬ ਦੀ ਕਰੀ ਹੈ, ਉੱਧਰੋਂ ਵੀ ਬੰਗਾਲੀ ਭਾਸ਼ਾ ਦੀ ਕਰੀ ਹੈ, ਉਹਨਾਂ ਨੇ ਬਚਾ ਲਈ ਆਪਦੀ, ਫਿਰ ਵੀ ਬੰਗਾਲੀਆਂ ਨੇ ਆਪਦੀ ਬੰਗਾਲੀ ਭਾਸ਼ਾ ਨਹੀਂ ਛੱਡੀ, ਇੱਧਰ ਲਿਆ ਵੀ ਉੱਧਰ ਲਿਆ ਵੀ, ਇੱਥੇ ਇੱਧਰ ਲਿਆ ਤਾਂ ਫਿਰ ਉੱਧਰ ਲਿਆਂਦੇ ਫਿਰ ਰੱਖੀ ਹੈ, ਆ ਸਾਡੇ ਵਾਲੇ ਨੇ ਤਾਂ ਪੰਜਾਬੀ ਭਾਸ਼ਾ ਨੂੰ ਆਪ ਹੀ ਪੰਜਾਬੀ ਭਾਸ਼ਾ ਨੂੰ ਤਲਵੰਜਲੀ ਦੇ ਜਾਂਦੇ ਜੀ। ਸੋ ਇਹ ਅਗਲੇ ਕਾਲਰ। ਹਾਂਜੀ ਹਾਂਜੀ ਹਾਂਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ, ਹਾਂਜੀ ਕੀ ਨਾਮ ਹੈ ਤੇ ਕਿੱਥੋਂ ਬੋਲ ਰਹੇ ਹੋ? ਸਤਿ ਸ੍ਰੀ ਅਕਾਲ ਸੁਰਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਅੱਜ ਤੁਹਾਡਾ ਮੇਰੇ ਕੋਲ ਲਫ਼ਜ਼ ਨਹੀਂ ਕਿੱਦਾਂ ਧੰਨਵਾਦ ਕਰਾਂ, ਇੱਕ ਪੰਜਾਬੀ ਮਾਂ ਬੋਲੀ ਦਾ ਬੱਬਰ ਸ਼ੇਰ ਲਿਆ ਕੇ ਸਾਡੇ ਸਾਹਮਣੇ ਪੇਸ਼ ਕਰਦਾ। ਵਾਹ ਜੀ, ਥੈਂਕ ਯੂ ਜੀ। ਸ਼ੇਰ ਬੜੇ ਵੇਖੇ ਨੇ ਪਰ ਮਾਂ ਬੋਲੀ ਦਾ ਬੱਬਰ ਸ਼ੇਰ ਪਿਆਰੇ ਲਾਲ, ਆਈ ਸਰੂਟ ਇਹਨਾਂ ਦੇ ਮਾਪਿਆਂ ਨੂੰ ਜਿਨ੍ਹਾਂ ਨਾਂ ਰੱਖਿਆ ਹੈ ਪਿਆਰੇ ਲਾਲ। ਵਾਹ ਜੀ, ਬਿਲਕੁਲ। ਨਹੀਂ ਇਹਦਾ ਮੀਨਿੰਗ ਹੈ, ਬੱਚਾ 5 ਸਾਲ ਦਾ 6 ਸਾਲ ਦਾ ਹੋ ਜਾਣਾ, ਫਿਰ ਉਹ ਕਹਿੰਦਾ ਮਾਂ ਆਹ ਕੱਪੜਾ ਪਾਉਣਾ, ਆਹ ਕੱਪੜਾ ਪਾਉਣਾ। ਜੰਮਦਾ ਬੱਚਾ ਆਪਣੇ ਨਾਂ ਦੀ ਚੁਆਇਸ ਥੋੜ੍ਹਾ ਦੱਸ ਸਕਦਾ। ਬਿਲਕੁਲ, ਇਹਦੇ ਮਾਪਿਆਂ ਨੂੰ ਸਰੂਟ ਹੈ ਜਿਹਨਾਂ ਪਿਆਰੇ ਲਾਲ ਨਾਂ ਰੱਖੇ। ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਜੁੜੇ ਸਾਡੇ ਨਾਲ ਕਾਲ ਕੀਤੀ। ਮੈਂ ਮਾਫੀ ਚਾਹੁੰਦਾ ਕਿਉਂਕਿ ਸਮਾਂ ਸਾਨੂੰ ਕਈ ਵਾਰ ਇਜਾਜ਼ਤ ਨਹੀਂ ਦਿੰਦਾ ਹੈਗਾ। ਸਾਰੀਆਂ ਲਾਈਨਾਂ ਦੇਖੋ ਤੁਹਾਨੂੰ ਕਿੰਨੇ ਪਿਆਰ ਕਰਨ ਵਾਲੇ ਨੇ, ਵਾਕਈ ਪਿਆਰੇ ਲਾਲ ਨੂੰ। ਤੁਸੀਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਜਲਦੀ ਹਾਜ਼ਰ ਹੁੰਦੇ ਹਾਂ। ਜਸ ਬ੍ਰੌਡਕਾਸਟਿੰਗ ਇਸੇ ਤਰ੍ਹਾਂ ਦੇਖਦੇ ਰਹੋ, ਅੱਜ ਦਾ ਮੁੱਦਾ। ਸਵਾਗਤ ਹੈ ਤੁਹਾਡਾ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ, ਹਾਜ਼ਰ ਹਾਂ ਅਸੀਂ। ਡਾਕਟਰ ਪਿਆਰੇ ਲਾਲ ਗਰਗ ਸਾਡੇ ਨਾਲ ਸਟੂਡੀਓ 'ਚ ਨੇ। ਮਸਲਾ ਹੈ ਪੰਜਾਬੀ ਕੌਮੀਅਤ ਦਾ ਸੰਕਲਪ ਅਤੇ ਹਿੰਦੂ, ਹਿੰਦੂਸ ਐਂਡ ਕੰਸੈਪਟ ਆਫ ਸਟੇਟ ਆਫ ਪੰਜਾਬ, ਇਸ ਮੁੱਦੇ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ। ਗਰਗ ਸਾਹਿਬ, ਬਹੁਤ ਸਾਰੇ ਕਾਲਰ ਨੇ, ਦਿਲ ਨਹੀਂ ਕਰਦਾ ਹੈ ਨਾ, ਅਤੇ ਸਾਰਿਆਂ ਨੂੰ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਗੱਲ ਛੋਟੀ ਬਿਲਕੁਲ ਕਰੋਗੇ ਤਾਂ ਬਾਕੀਆਂ ਨਾਲ ਵੀ ਇਨਸਾਫ਼ ਹੋ ਜੂਗਾ, ਨਹੀਂ ਤਾਂ ਬਹੁਤ ਸਾਰੀਆਂ ਕਾਲਾਂ ਨੇ ਜਿਹੜੀਆਂ ਇੱਦਾਂ ਹੀ ਛੁੱਟ ਜਾਂਦੀਆਂ ਨੇ। ਸੋ ਅਗਲੇ ਕਾਲਰ ਦੇਖਦੇ ਹਾਂ ਉਹ ਕੀ ਕਹਿੰਦੇ ਨੇ ਜੀ। ਹਾਂਜੀ ਸਵਾਗਤ ਹੈ ਜੀ ਤੁਹਾਡਾ। ਹੈਲੋ, ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ, ਕੀ ਨਾਮ ਹੈ ਅਤੇ ਕਿੱਥੋਂ ਬੋਲ ਰਹੇ ਹੋ? ਕੁਲਦੀਪ ਸਿੰਘ ਭੋਲ ਬੋਲਦਾ ਜੀ ਮੈਂ। ਸਵਾਗਤ ਹੈ ਭੋਗਲ ਸਾਹਿਬ, ਸਵਾਲ ਕਰੋ। ਸਵਾਲ ਇਹ ਆ ਭਾਈ, ਹਾਂਜੀ ਹਾਂਜੀ ਕੁਲਦੀਪ ਸਿੰਘ ਭੋਲ ਬੋਲਦਾ ਮੈਂ ਜੀ। ਨਾ ਪਹਿਲਾਂ ਟੀਵੀ ਦੀ ਆਵਾਜ਼ ਬੰਦ ਕਰੋ, ਫਿਰ ਗੱਲ ਕਰਾਂਗੇ ਤੁਹਾਡੇ ਨਾਲ, ਠੀਕ ਹੈ ਨਾ? ਤੇ ਹੁਣ ਸਾਡੇ ਅਗਲੇ ਕਾਲਰ ਨੇ ਜਿਹੜੇ ਉਹ ਦੇਖਦੇ ਆ ਜੀ ਕੀ ਕਹਿੰਦੇ ਨੇ। ਹੈਲੋ, ਹਾਂਜੀ ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੀ ਨਾਮ ਹੈ ਤੇ ਕਿੱਥੋਂ ਬੋਲਦੇ ਹੋ? ਮੈਂ ਕਰਨੈਲ ਸਿੰਘ ਬੋਲ ਰਿਹਾ ਕੈਲੀਫੋਰਨੀਆ ਤੋਂ। ਛੋਟੀ ਜੀ ਗੱਲ ਕਰੋ, ਹਾਂਜੀ ਸਵਾਲ ਕਰੋ। ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ। ਪਹਿਲਾਂ ਮੈਂ ਪੁੱਛਣਾ ਡਾਕਟਰ ਸਾਹਿਬ ਨੂੰ ਵੀ ਕਿੰਨਾ ਕੀ ਰਹਿਣਾ ਅਮਰੀਕਾ। ਕੋਈ ਮੁੱਦੇ ਦੀ ਗੱਲ ਕਰੋਗੇ ਦੀ ਇਹਨਾਂ ਨੂੰ ਮੈਂ ਬਾਅਦ ਚ ਦੱਸ ਦਾਂਗੇ ਫੋਨ ਕਰਕੇ। ਹਾਂਜੀ ਹਾਂਜੀ, ਕਿੰਨਾ ਚਿਰ ਰਹਿਣਾ? 24 ਨੂੰ ਜਾਣਾ। ਕੋਈ ਇਹਦੇ ਨਾਲ ਨਾ ਕੋਈ ਇਨਸਾਫ ਨਹੀਂ ਹੋਇਆ। ਹਾਂਜੀ 24 ਤਰੀਕ ਨੂੰ ਜਾਣਾ ਜੀ ਇਹਨਾਂ ਨੇ। ਬੋਲਦੇ ਪੰਜਾਬੀ ਨੇ ਤੇ ਲਿਖਾਂਦੇ ਹਿੰਦੀ ਨੇ ਜੀ। ਠੀਕ ਹੈ ਠੀਕ ਹੈ ਜੀ। ਤੇ ਲੰਗੜਾ ਪੰਜਾਬ ਦਿੱਤਾ ਉਹੀ ਇਹਨਾਂ ਨੇ ਸ਼ਬਦ ਰਚ ਕਰਕੇ ਇਹਨਾਂ ਬਣਾਇਆ ਪੰਜਾਬੀ ਸੂਬਾ ਜੀ ਜੀ। ਠੀਕ ਹੈ ਜੀ, ਚਲੋ ਹੁਣ ਦੱਸ ਦਿਓ ਫਿਰ ਇਹਨਾਂ ਨੂੰ ਜਿਹੜਾ 24 ਤਰੀਕ ਨੂੰ ਜਾਣਾ ਜੀ ਇਹਨਾਂ ਨੇ ਵਾਪਸ। ਅੱਛਾ ਠੀਕ ਹੈ ਜੀ, ਟੂ ਦੀ ਪੁਆਇੰਟ ਹੀ ਸੁਣਨੇ ਹੁੰਦੇ ਆ ਨਾ ਇਹਨਾਂ ਨੂੰ ਜੀ ਜੀ। ਠੀਕ ਹੈ ਜੀ, ਬਹੁਤ ਧੰਨਵਾਦ ਵੀਰ ਜੀ ਜੀ। ਸਾਡੇ ਅਗਲੇ ਕਾਲਰ ਨੇ ਜੀ, ਦੇਖਦੇ ਹਾਂ ਉਹ ਕੀ ਕਹਿੰਦੇ ਨੇ। ਹੈਲੋ, ਹਾਂਜੀ ਸਵਾਗਤ ਹੈ ਜੀ ਤੁਹਾਡਾ। ਹੈਲੋ, ਹਾਲੇ ਵੀ ਤੁਸੀਂ ਆਵਾਜ਼ ਬੰਦ ਨਹੀਂ ਜੀ ਕੀਤੀ ਹੈਗੀ ਸਾਡੇ ਅਗਲੇ ਕਾਲਰ। ਹੈਲੋ, ਹੈਲੋ ਸਤਿ ਸ਼੍ਰੀ ਅਕਾਲ ਸੁਰਿੰਦਰ ਸਿੰਘ ਜੀ ਅਤੇ ਡਾਕਟਰ ਪਿਆਰੇ ਲਾਲ ਗਰਗ ਜੀ, ਆਪ ਜੀ ਦੋਨਾਂ ਨੂੰ ਮੇਰੇ ਵੱਲੋਂ ਗੁਰਦੀਪ ਸਿੰਘ ਸੁੰਦਰ ਵੱਲੋਂ ਬਹੁਤ ਮੋਚ ਭੇਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਜੀ। ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਜੀ ਦਾ ਸਿੱਖਾਂ 'ਚ ਅਜੇ ਵੀ ਮਾਣ ਸਤਿਕਾਰ ਹੈ ਔਰ ਰਹੇਗਾ। ਡਾਕਟਰ ਪਿਆਰੇ ਲਾਲ ਗਰਗ ਜੀ ਨੂੰ ਵੀ ਅਸੀਂ ਪੰਜਾਬੀ, ਚਾਹੇ ਹਿੰਦੂ ਪੰਜਾਬੀ ਹਾਂ ਚਾਹੇ ਅਸੀਂ ਸਿੱਖ ਪੰਜਾਬੀ ਹਾਂ, ਨਹੀਂ ਭੁਲਾਵਾਂਗੇ। ਮੁੱਲ ਹਮੇਸ਼ਾ ਸੱਚਾਈ ਦਾ ਪੈਂਦਾ, ਯਾਦ ਉਹਨਾਂ ਨੂੰ ਰੱਖਿਆ ਜਾਂਦਾ ਜੋ ਹੱਕ ਤੇ ਸੱਚ ਦੀ ਲੜਾਈ ਲੜਨਗੇ। ਸਾਡੇ ਵੱਲੋਂ ਸਲਾਮ ਹੈ ਇਹਨਾਂ ਨੂੰ, ਖਾਸ ਕਰਕੇ ਜਦੋਂ ਪੋਲੀਟਿਕਸ ਇੰਨੇ ਨਿਗਾਰ ਉੱਤੇ ਚਲੀ ਗਈ ਹੋਵੇ ਉਦੋਂ ਦਾ ਸੱਚ ਕਹਿਣਾ ਔਖਾ ਹੀ ਨਹੀਂ ਸੰਭਵ ਹੋਵੇ, ਪਰ ਉਸ ਸਮੇਂ ਇਹਨਾਂ ਵਰਗੇ ਵਿਦਵਾਨ ਜਦੋਂ ਸਮਾਜ ਨੂੰ ਕੁਛ ਦਿੰਦੇ ਆ, ਕੁਛ ਸਮਝਾਉਂਦੇ ਆ, ਤਾਂ ਉਹਦੀ ਜਿਹੜੀ ਸੇਧ ਸਮਾਜ ਨੂੰ ਮਿਲਦੀ ਹੈ
ਉਹ ਹਮੇਸ਼ਾ ਦੂਰ ਤੱਕ ਆਵਾਜ਼ ਕਰਦੀ ਹੈ। ਸੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹਨਾਂ ਨੇ ਅੱਜ ਹਿੰਦੂ ਭਰਾਵਾਂ ਦੇ ਭੁਲੇਖੇ ਹਾਂਜੀ ਸਵਾਗਤ ਹੈ ਤੁਹਾਡਾ, ਕੀ ਨਾਮ ਹੈ ਤੇ ਕਿੱਥੋਂ ਬੋਲ ਰਹੇ ਹੋ? ਵਾਹ ਜੀ ਵਾਹ, ਸਵਾਗਤ ਹੈ ਤੁਹਾਡਾ। ਹਾਂਜੀ ਚੌਧਰੀ ਆ ਉਹ ਪ੍ਰਸਾਦ ਪਾ ਰਹੇ, ਨਹੀਂ ਤਾਂ ਵੈਸੇ ਪੜ੍ਹੇ ਲਿਖੇ ਬੰਦਾ ਕੋਈ ਨਾਲ ਲੜਾਈ ਮੰਗਦਾ ਨਾ ਕੋਈ ਪ੍ਰਸਾਦ ਮੰਗਦਾ। ਜੀ ਜੀ ਜੀ, ਇਸ ਕਰਕੇ ਜਿਹੜੇ ਹੁਣ ਵੋਟਾਂ ਲੈਣ ਦੀ ਖਾਤਰ ਕੋਈ ਸਵਾਲ ਹੈ ਤਾਂ ਦੱਸੋ, ਅਸੀਂ ਬ੍ਰੇਕ ਲੈਣੀ ਹੈ। ਬਹੁਤ ਸਾਰੇ ਕਾਲਰਸ ਨੇ ਲਾਈਨ ਦੇ ਵਿੱਚ ਲੱਗੇ ਹੋਏ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਪਿਆਰੇ ਲਾਲ ਜੀ, ਬਹੁਤ ਸਾਰੇ ਤੁਹਾਡੇ ਜਿਹੜੇ ਪ੍ਰਸ਼ੰਸਕ ਨੇ ਤੁਹਾਡੇ ਸਾਹਮਣੇ ਇੰਤਜ਼ਾਰ ਕਰ ਰਹੇ ਨੇ ਗੱਲਬਾਤ ਕਰਨ ਦੇ ਲਈ, ਪਰ ਸਮਾਂ ਜਿਹੜਾ ਸਾਨੂੰ ਵਾਰ ਵਾਰ ਝੰਜੋੜਦਾ ਕਿ ਤੁਸੀਂ ਲੇਟ ਹੋ ਜਾਂ ਦਰਸ਼ਕ ਹੈ ਨਾ। ਇੱਕ ਬ੍ਰੇਕ ਲੈਂਦੇ ਹਾਂ, ਇੱਥੇ ਬ੍ਰੇਕ ਤੋਂ ਬਾਅਦ ਜਲਦੀ ਪਰਤਦੇ ਹਾਂ। ਦੇਖਦੇ ਰਹੋ ਇਸੇ ਤਰ੍ਹਾਂ ਅੱਜ ਦਾ ਮੁੱਦਾ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਸ ਬ੍ਰੌਡਕਾਸਟਿੰਗ 'ਤੇ। ਤੁਸੀਂ ਦੇਖ ਰਹੇ ਹੋ ਅੱਜ ਦਾ ਮੁੱਦਾ, ਪੰਜਾਬ ਦਾ ਹਿੰਦੂ ਅਤੇ ਪੰਜਾਬੀ ਕੌਮੀਅਤ ਦਾ ਸੰਕਲਪ। ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ। ਗਰਗ ਸਾਹਿਬ, ਪਹਿਲਾਂ ਦੋ ਤਿੰਨ ਕਾਲਾਂ ਫਟਾਫਟ ਲੈ ਲਈਏ, ਫਿਰ ਖਤਮ ਕਰਾਂਗੇ, ਹੈ ਨਾ? ਲਾਸਟ ਸਾਡਾ ਸੈਗਮੈਂਟ ਹੈਗਾ, ਠੀਕ ਹੈ, ਅਤੇ ਆਪਾਂ ਦੇਖ ਲਈਏ ਕਿਹੜੇ ਕਿਹੜੇ ਜਿਹੜੇ ਕਾਲਰ ਨੇ ਸਾਡੇ ਨਾਲ ਜੁੜੇ ਹੋਏ ਨੇ। ਬਿਲਕੁਲ ਠੀਕ ਹੈ। ਹਾਂਜੀ ਹੈਲੋ, ਹਾਂਜੀ ਸਵਾਗਤ ਹੈ ਜੀ ਤੁਹਾਡਾ। ਹੈਲੋ, ਹਾਂਜੀ ਹੈਲੋ, ਹਾਂਜੀ ਸਵਾਗਤ ਹੈ ਜੀ ਤੁਹਾਡਾ। ਮੈਂ ਡਾਕਟਰ ਪਿਆਰਾ ਸਿੰਘ ਲਾਲ ਸਿੰਘ ਇਸ ਬੋਲ ਰਿਹਾ ਜੀ। ਜੀ ਜੀ ਬੋਲੋ ਜੀ। ਧੰਨਵਾਦ ਤੁਹਾਡੇ ਡਾਕਟਰ ਪਿਆਰੇ ਲਾਲ ਦਾ। ਹਾਂਜੀ, ਇਹਨਾਂ ਦਾ ਧੰਨਵਾਦ। ਸੱਚ ਤੇ ਸੱਚ ਬੋਲਣਾ ਤੇ ਸੱਚ ਦਾ ਪਹਿਰਾ ਦੇਣਾ ਤੇ ਸੱਚ ਤੇ ਖੜਨਾ, ਇਹਨਾਂ ਨੂੰ ਸਲਾਮ। ਤੇ ਬਾਕੀ 1980 ਦੇ ਵਿੱਚ ਨਾ ਅਸੀਂ ਲੰਡਨ ਗਏ ਸੀਗੇ, ਉੱਥੇ ਲਾਰਡ ਮਾਊਂਟਬੈਟਨ ਵਾਈਸ ਸੈਮੀਨਾਰ ਸੀ ਸਾਡਾ। ਹਾਂਜੀ, ਉਹਨਾਂ ਨੇ ਨਾ 32 ਟੇਪਾਂ ਮੇਰੇ ਵਾਸਤੇ ਨਾ ਰੱਖੀਆਂ ਸੀ ਦੇਖਣ ਵਾਸਤੇ, ਟ੍ਰਾਂਸਫਰ ਆਫ ਪਾਵਰ ਜੀ, ਉਹਨਾਂ ਦਾ ਨਾਮ ਸੀ ਟ੍ਰਾਂਸਫਰ ਪਾਵਰ। ਉਹ 32 ਮੈਂ 52 ਟੇਪਾਂ ਇਹ ਮੈਂ ਦੇਖ ਰਿਹਾ ਸੀ। ਇੱਕ ਟੇਪ ਦੇ ਵਿੱਚ ਲਾਰਡ ਮਾਊਂਟਬੈਟਨ ਉਹ ਪੁੱਛਦਾ, ਜਿਹਨੇ ਵੰਡ ਕਰਨੀ ਸੀ ਨਾ, ਵੀ ਨਕਸ਼ਾ ਬਣਾਇਆ, ਕਹਿੰਦਾ ਹਾਂ ਬਣਾਇਆ ਜੀ, ਲਿਆਓ ਨਕਸ਼ਾ। ਨਕਸ਼ਾ ਉਹਨੇ ਫਿੱਟ ਕਰ ਦਿੱਤਾ, ਉਹ ਦੱਸ ਰਿਹਾ ਜੀ ਆਹ ਕਹਿੰਦਾ ਹੈਗਾ ਮੁਸਲਮਾਨਾਂ ਦਾ ਏਰੀਆ, ਇਹ ਹੈਗਾ ਹਿੰਦੂਆਂ ਦਾ ਏਰੀਆ, ਇਹ ਹੈਗਾ ਸਿੱਖਾਂ ਦਾ ਏਰੀਆ। ਤਿੰਨਾਂ ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਗਿਆ ਸੀਗਾ। ਅਗਰ ਪਿਆਰੇ ਲਾਲ ਜੀ ਇਸ ਨੂੰ UNO ਦੇ ਵਿੱਚ ਮੁੱਦਾ ਜੇ ਉਠਾਇਆ ਜਾਵੇ, ਮੇਰਾ ਖਿਆਲ ਆ ਕਿ ਇਹ ਹਜੇ ਵੀ ਕੰਟਰੀ ਤੁਹਾਡਾ ਜਿਵੇਂ ਖਾਲਸਾ ਰਾਜ ਇਹ ਬਣ ਸਕਦਾ ਹੈਗਾ। ਔਰ ਮੈਂ ਖਰਚਾ ਸਾਰਾ ਇਹਨਾਂ ਦਾ ਰਹਿਣ ਦਾ ਪਹਿਣ ਦਾ ਸਾਰਾ ਮੈਂ ਖਰਚਾ ਮੈਂ ਕਰਾਂਗਾ, ਆਈ ਵਿਲ ਪੇ ਫੋਰ ਦੈਟ। ਆਪਾਂ ਗੱਲ ਕਰਾਂਗੇ ਜੀ, ਇਸ ਸ਼ੋਅ ਤੋਂ ਵੱਖਰੇ ਵੀ ਗੱਲਬਾਤ ਕਰਾਂਗੇ ਤੁਹਾਡੇ ਨਾਲ, ਐਸੇ ਮੁੱਦੇ ਤੇ ਗੱਲ ਕਰਾਂਗੇ ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਇਹਦੇ ਤੇ ਕਰਾਂਗੇ ਵਿਚਾਰ ਵਟਾਂਦਰਾ। ਬਹੁਤ ਧੰਨਵਾਦ ਤੁਹਾਡਾ ਜੀ, ਬੜੀ ਤੁਸੀਂ ਪਤੇ ਦੀ ਗੱਲਬਾਤ ਕੀਤੀ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ, ਕਾਲਰ ਬਹੁਤ ਨੇ, ਪਰ ਜਾਂਦੇ ਜਾਂਦੇ ਜਿਹੜੀ ਇਹਨਾਂ ਨੇ ਵੀ ਗੱਲਬਾਤ ਕੀਤੀ ਹੈ ਪਿਆਰਾ ਸਿੰਘ ਨੇ, ਬੜੀ ਗੰਭੀਰ ਕਿਸਮ ਦੀ ਗੱਲਬਾਤ ਕੀਤੀ ਹੈ। ਦੋ ਗੱਲਾਂ ਨੇ, ਬਸ ਇਹ ਸ਼ਬਦਾਂ 'ਚ ਗੋਲ ਕਰ ਦੇਣਾ, ਦੋ ਗੱਲਾਂ ਨੇ। 1849 ਦੇ ਵਿੱਚ ਅੰਗਰੇਜ਼ ਦਲੀਪ ਸਿੰਘ ਨੂੰ ਲੈ ਗਏ, ਟਰੱਸਟ ਬਣਾ ਗਏ 5 ਮੈਂਬਰੀ ਕਿ ਜਦੋਂ ਇਹ 18 ਸਾਲ ਦਾ ਹੋਜੂਗਾ ਰਾਜ ਇਹਨੂੰ ਵਾਪਸ ਕਰ ਦਾਂਗੇ, ਉਦੋਂ ਤੱਕ ਟਰੱਸਟ ਕੰਮ ਕਰੋ। ਪਹਿਲਾ ਸਵਾਲ ਹੈ ਕਿ ਉਹ 18 ਸਾਲ ਦਾ ਨਹੀਂ ਹੋਇਆ ਹਾਲੇ ਤੱਕ, 18 ਸਾਲ ਦਾ ਹੋ ਗਿਆ ਸਾਰਿਆਂ ਨੂੰ ਪਤਾ, ਹਾਲੇ ਤੱਕ ਕਿਸੇ ਸਿੱਖ ਲੀਡਰ ਨੇ ਉਹਨੂੰ ਪ੍ਰੀਵੀ ਕੌਂਸਲ ਦੇ ਵਿੱਚ ਚੁਣੌਤੀ ਨਹੀਂ ਦਿੱਤੀ। ਦੂਜਾ ਮਸਲਾ, 1947 'ਚ ਪੰਜਾਬ ਦੀ ਵੰਡ ਹੋ ਗਈ, ਗਲਤ ਵੰਡ ਹੋਈ,
ਪ੍ਰੀਵੀ ਕੌਂਸਲ ਦੇ ਵਿੱਚ ਰਾਣੀ ਦੇ ਕੋਲ ਇਹ ਅਧਿਕਾਰ ਹੈਗਾ ਕਿ ਜੇ ਕੋਈ ਬੰਦਾ ਚੈਲੰਜ ਕਰੇ ਉਹਨੂੰ ਕੋਈ ਵੰਡ ਨਹੀਂ ਸਹੀ ਹੋਈ ਤਾਂ ਉਹ ਉਸ ਦੇ ਬਾਰੇ ਦੁਬਾਰਾ ਸੋਚ ਸਕਦੇ ਨੇ। ਇਹ ਦੋਵੇਂ ਗੱਲਾਂ ਬਾਰੇ ਕੀ ਕਹਿਣਾ ਚਾਹੁੰਦੇ? ਮੋਟੀ ਜੀ ਗੱਲ ਇਹ ਹੈ, ਡਾਕਟਰ ਪਿਆਰਾ ਸਿੰਘ ਜੀ ਤੁਹਾਡੇ ਲਈ ਵੀ ਹੈ, ਮੈਂ ਮੋਟੀ ਗੱਲ ਇਹ ਕਹਿਣਾ ਵੀ ਇਤਿਹਾਸ ਦਾ ਪਹੀਆ ਜਦ ਇੱਕ ਵਾਰੀ ਬਹੁਤ ਜ਼ਿਆਦਾ ਘੁੰਮ ਜਾਂਦਾ ਹੈ ਉਹਨੂੰ ਕਈ ਵਾਰੀ ਪਿੱਛੇ ਮੋੜਨਾ ਔਖਾ ਹੁੰਦਾ, ਪਰ ਫਿਰ ਉਹਦੇ 'ਚ ਫਿਰ ਵੀ ਠੱਲ ਪਾ ਕੇ ਹੱਲ ਕਰਦੇ ਹੁੰਦੇ। ਉਹ ਹੱਲ ਵਾਸਤੇ ਜਿਹੜੀ ਪੰਜਾਬੀ ਕੌਮ ਹੈ, ਜਿਹੜੇ ਸਿੱਖ ਨੇ, ਪੰਜਾਬੀ ਨੇ, ਇਹਨਾਂ ਨੂੰ ਰਲ ਕੇ ਪਹਿਲੀ ਗੱਲ, ਪਹਿਲਾ ਫੇਜ਼ ਇਹ ਹੈ ਕਿ ਅਸੀਂ ਕੇਂਦਰ ਨਾਲ ਆਪਦੀ ਤਾਕਤ ਤਾਂ ਦਿਖਾਈਏ। ਅੱਜ ਅਸੀਂ ਕੇਂਦਰ ਨਾਲ ਤੱਕ ਨਹੀਂ, ਸਾਡੀ ਤਾਂ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ। ਤੁਸੀਂ ਸਿੱਖਾਂ ਦੀ ਗਿਣਤੀ, ਪੰਜਾਬੀ ਬੋਲਣ ਦੀ ਗਿਣਤੀ ਘੱਟਦੀ ਦੇਖਿਓ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬੀ ਅਣਖੀ ਨੇ, ਉਹ ਅਣਖ ਨੂੰ ਖਤਮ ਕਰਨਾ ਚਾਹੁੰਦਾ ਕੇਂਦਰ। ਸੋ ਸਾਨੂੰ ਪਹਿਲਾਂ ਕੇਂਦਰ ਕੋਲੇ ਆਪਣੀ ਤਾਕਤ ਦਿਖਾਉਣੀ ਹੋਏਗੀ, ਤਾਂ ਹੀ ਅਸੀਂ ਦੂਜੇ UN ਕੋਲ ਜਾ ਸਕਦੇ ਹਾਂ ਨਾ। ਬਿਲਕੁਲ। ਸੋ ਮੈਂ ਇਸ ਕਰਕੇ ਕਹਿਣਾ ਵੀ ਦੋਨਾਂ ਮੁੱਦਿਆਂ ਦੇ ਉੱਤੇ, ਚਾਹੇ ਦਲੀਪ ਸਿੰਘ ਦਾ ਮੁੱਦਾ ਚਾਹੇ ਇਹ ਮੁੱਦਾ, ਜਦ ਤੱਕ ਉਹ ਆਪਾਂ ਆਸ ਕਰੀਏ ਵੀ ਫਲਾਣਾ ਸਿੱਖ ਹੈਗਾ, ਇਹ ਨਹੀਂ ਮੈਂ ਆਸ ਕਰਦਾ। ਪੰਜਾਬੀ ਇਸ ਨੂੰ ਉਠਾਉਣਗੇ, ਪਹਿਲਾਂ ਆਪਣੀ ਤਾਕਤ ਉਰੇ ਦਿਖਾਓ ਤੇ ਫਿਰ ਆਪਾਂ ਉੱਥੇ ਵੀ ਤਾਕਤ ਦਿਖਾ ਸਕਦੇ। ਇੱਕ ਕਾਲ ਵੀ ਲੈ ਲੈਂਦੇ ਹਾਂ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਸੰਦਰ ਜੀ, ਸਤਿ ਸ਼੍ਰੀ ਅਕਾਲ, ਮੈਂ ਸੰਦਰ ਸਿੰਘ ਬੋਲ ਰਿਹਾ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਮੈਂ ਸਿਰਫ ਤੇ ਸਿਰਫ ਤੁਹਾਡਾ ਇਹ ਧੰਨਵਾਦ ਕਰਨਾ ਚਾਹੁੰਦਾ ਹਾਂ ਵੀ ਤੁਸੀਂ ਇਹੋ ਜਿਹੀ ਸ਼ਖਸੀਅਤ ਨੂੰ ਦਰਸ਼ਕਾਂ ਦੇ ਸਾਹਮਣੇ ਲਿਆ ਕੇ ਪੇਸ਼ ਕੀਤਾ, ਜਿਹਨਾਂ ਨੂੰ ਸੁਣਦਿਆਂ ਨੂੰ ਸਾਨੂੰ ਬੜਾ ਲੰਬਾ ਸਮਾਂ ਹੋ ਚੁੱਕਾ ਤੇ ਸ਼ਾਇਦ ਸ਼ਬਦਾਂ ਦੇ ਨਾਲ ਤਾਂ ਇਹਨਾਂ ਦੀ ਸ਼ਲਾਘਾ ਨਹੀਂ ਕੀਤੀ ਜਾ ਸਕਦੀ। ਜੇ ਇਹਨਾਂ ਦਾ ਤੁਸੀਂ ਕਿਤੇ ਪਰਸਨਲ ਨੰਬਰ ਸਕਰੀਨ 'ਤੇ ਲਿਆ ਦਿਓ ਤਾਂ ਇਹਨਾਂ ਦਾ ਰਸਤਾ ਬਣਾ ਕੇ ਗੁਫ਼ਤਗੂ ਕਰਨ ਦਾ ਮੌਕਾ ਜ਼ਰੂਰ ਲਵਾਂਗੇ ਜੀ। ਅਸੀਂ ਫੇਸਬੁੱਕ 'ਤੇ ਜਿਹੜਾ ਲਾਈਵ ਚੱਲ ਰਿਹਾ ਨਾ ਉਹਦੇ 'ਤੇ ਅਸੀਂ ਪਾ ਦਾਂਗੇ, ਤੁਸੀਂ ਜਸ ਬ੍ਰੌਡਕਾਸਟਿੰਗ ਦੇ ਉੱਤੇ ਦੇਖ ਲੈਣਾ। ਬਹੁਤ ਧੰਨਵਾਦ ਜੀ। ਅੱਛਾ ਜੀ, ਸ਼ੁਕਰੀਆ। ਹੈਲੋ ਹੈਲੋ, ਹਾਂਜੀ ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੁਰਿੰਦਰ ਜੀ, ਮੈਂ ਸੋਦਰ ਪਿਆਰਾ ਸਿੰਘ ਬੋਲ ਰਿਹਾ ਜੀ। ਹਾਂਜੀ ਹੁਕਮ ਕਰੋ ਜੀ। ਮੈਂ ਤੁਹਾਡੇ ਬਾਰੇ ਵੀ ਪਹਿਲਾਂ ਦੂਸਰੇ ਚੈਨਲ ਤੇ ਕਈ ਤੁਹਾਡੇ ਪ੍ਰੋਗਰਾਮ ਦੇਖੇ ਆ, ਬੜਾ ਅੱਛਾ ਤੁਹਾਡਾ ਹੁੰਦਾ, ਤੁਹਾਡਾ ਅਨੁਭਵ ਚੰਗਾ ਪੱਤਰਕਾਰੀ ਦਾ। ਬਾਕੀ ਸਪੈਸ਼ਲੀ ਜਿਹੜੀ ਮੈਂ ਡਾਕਟਰ ਸਾਹਿਬ ਬਾਰੇ ਗੱਲ ਕਰਨਾ ਚਾਹੁੰਦਾ, ਇਹਦੇ ਵਿੱਚ ਇਹ ਹੈ ਕਿ ਮੈਂ ਇਹਨਾਂ ਨੂੰ ਬੜੇ ਪ੍ਰੋਗਰਾਮ 'ਚ ਸੁਣਿਆ ਜੀ, ਔਰ ਮੈਂ ਤਹਿ ਦਿਲੋਂ ਇਹਨਾਂ ਦਾ ਸ਼ੁਕਰ ਗੁਜ਼ਾਰ ਕਰਦਾ, ਕਿਉਂਕਿ ਇਹਨਾਂ ਨੇ ਸੱਚਾਈ ਦੀ ਗੱਲ ਬੋਲੀ ਆ ਜੀ, ਔਰ ਇਹਨਾਂ ਨੂੰ ਸਾਡੇ ਧਰਮ ਦੇ ਮੁਤਾਬਕ, ਸਾਡੇ ਸਿੱਖ ਧਰਮ ਦੇ ਲਈ ਜਿੰਨਾ ਗਿਆਨ ਆ, ਮੈਂ ਇਹਨਾਂ ਦਾ ਕਾਬਲੇ ਤਾਰੀਫ ਆ, ਔਰ ਇਹਨਾਂ ਦੇ ਦਿਲ ਦੇ ਵਿੱਚ ਸੱਚਾਈ ਆ। ਜੇ ਅਗਰ ਸਾਰੇ ਅਸੀਂ ਲੋਕ ਇਹੋ ਜਿਹੇ ਸ਼ਖਸ ਬਣ ਜਾਈਏ ਤੇ ਸਾਡੇ 'ਚ ਨਾ ਸਿੱਖ, ਨਾ ਹਿੰਦੂ, ਨਾ ਕ੍ਰਿਸਚਨ, ਨਾ ਕਿਸੇ ਹੋਰ ਚੀਜ਼ ਦਾ ਪਾੜਾ ਹੀ ਨਹੀਂ ਪੈ ਸਕਦਾ ਜੇ ਅਸੀਂ ਇਹਨਾਂ ਦੇ ਲੀਹ 'ਤੇ ਚੱਲੀਏ। ਇਹਨਾਂ ਨੇ ਬਹੁਤ ਵਧੀਆ ਹਰ ਜਗ੍ਹਾ, ਮੈਂ ਇਹਨਾਂ ਦਾ ਬਹੁਤ ਸੁਣਿਆ, ਪਰ ਮੈਂ ਅੱਜ ਦਿਲੋਂ ਸਾਹਮਣੇ ਆਏ ਆ, ਮੈਂ ਇਹਨਾਂ ਦਾ ਦਿਲੋਂ ਆਭਾਰੀ ਹਾਂ। ਬਸ ਇੰਨਾ ਕਹਿ ਕੇ ਮੈਂ ਖਾਵਾਂ ਜਾਂਦਾ ਜੀ। ਜੀ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਹੋਰ ਵੀ ਬਹੁਤ ਸਾਰੇ ਸੱਜਣ, ਮੈਂ ਹੱਥ ਜੋੜ ਕੇ ਮਾਫ਼ੀ ਮੰਗਣੀ ਚਾਹੁੰਦਾ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਕਈ ਵਾਰ ਗੁੱਸਾ ਕਰ ਜਾਂਦੇ ਨੇ ਕਿ ਸਾਡੀ ਕਾਲ ਨਹੀਂ ਲਈ ਹੈਗੀ ਜਾਂ ਸਾਡੀ ਕਾਲ ਕੱਟ ਦਿੱਤੀ। ਸਾਰਿਆਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ। ਪਿਆਰੇ ਲਾਲ ਗਰਗ ਅੱਜ ਸਾਡੇ ਮਹਿਮਾਨ ਸਨ, ਬਹੁਤ ਵਧੀਆ ਤਰੀਕੇ ਨਾਲ ਗੱਲਾਂ ਬਾਤਾਂ ਕੀਤੀਆਂ, ਤੁਹਾਡਾ ਧੰਨਵਾਦ ਕਰਦੇ ਹਾਂ ਜੀ ਅਸੀਂ। ਅਤੇ ਸਾਰਿਆਂ ਨੂੰ ਮੈਂ ਮਤਲਬ ਇਹ ਗੱਲ ਦੱਸਣੀ ਚਾਹੁੰਦਾ ਕਿ ਪੰਜਾਬ ਦਾ ਹਿੰਦੂ ਹੈ ਜਿਹੜਾ, ਜੇਕਰ ਅਸੀਂ ਸਹੀ ਤਰੀਕੇ ਨਾਲ ਉਹਦੇ 'ਤੇ ਪਹੁੰਚ ਕਰੀਏ, ਸਹੀ ਤਰੀਕੇ ਨਾਲ ਉਹਦੇ ਕੋਲ ਜਾ ਕੇ ਅਸੀਂ ਦੱਸੀਏ, ਉਹਨੂੰ ਬੇਨਤੀ ਕਰੀਏ। ਹਾਲਾਂਕਿ ਬਹੁਤ ਸਾਰੇ ਜਿਹੜੇ ਸ਼ਹਿਰਾਂ ਦੇ ਵਿੱਚ, ਜਿਵੇਂ ਕਿ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਸਮੱਸਿਆ ਹੈ ਸ਼ਹਿਰੀ ਹਿੰਦੂਆਂ 'ਚ ਆਰੀਆ ਸਮਾਜ ਕਰਕੇ, ਉਹ ਸਮੱਸਿਆ ਵੀ ਹੌਲੀ ਹੌਲੀ ਦੂਰ ਹੋ ਸਕਦੀ ਹੈ ਜੇਕਰ ਅਸੀਂ ਚੇਤਨਤਾ ਦਾ ਪੱਧਰ ਹੈ ਜਿਹੜਾ ਆਪਣਾ, ਉਸ ਨੂੰ ਹੋਰ ਅੱਗੇ ਤੱਕ ਲੈ ਕੇ ਜਾਈਏ ਅਤੇ ਉਹਨਾਂ ਤੱਕ ਰਾਬਤਾ ਬਣਾ ਕੇ ਉਹਨਾਂ ਨੂੰ ਦੱਸੀਏ, ਤਾਂ ਇਹ ਸਮੱਸਿਆ ਹੌਲੀ ਹੌਲੀ ਖਤਮ ਹੋ ਸਕਦੀ ਹੈ। ਅਤੇ ਕੇਂਦਰ ਦੇ ਜਿਹੜੇ ਕੇਂਦਰੀ ਸਿਸਟਮ ਦੇ ਜਿਹੜੇ ਹੱਥ ਠੋਕੇ ਨੇ, ਭਾਵੇਂ ਉਹ ਸਿੱਖ ਲੀਡਰ ਨੇ ਜਾਂ ਹਿੰਦੂ ਲੀਡਰ ਨੇ, ਉਹਨਾਂ ਨੂੰ ਮੂੰਹ ਦਿਖਾਉਣੀ ਪੈ ਸਕਦੀ ਹੈ, ਉਹਨਾਂ ਨੂੰ ਹਰਾਇਆ ਜਾ ਸਕਦਾ ਬਹੁਤ ਵਧੀਆ ਤਰੀਕੇ ਨਾਲ। ਬਾਕੀ ਅੱਜ ਦਾ ਸਾਡਾ ਸ਼ੋਅ ਅਸੀਂ ਇੱਥੇ ਸਮਾਪਤ ਕਰਦੇ ਹਾਂ, ਕੱਲ੍ਹ ਫਿਰ ਮਿਲਾਂਗੇ। ਹੁਣੇ ਥੋੜ੍ਹੀ ਦੇਰ ਬਾਅਦ ਜਗਤਾਰ ਜੱਗੀ ਆਪਣਾ ਸ਼ੋਅ ਲੈ ਕੇ ਆਉਣਗੇ। ਤੁਸੀਂ ਕਰੋਨਾ ਵਾਇਰਸ ਤੋਂ ਆਪਣਾ ਖਿਆਲ ਜ਼ਰੂਰ ਰੱਖਿਓ, ਹੱਥ ਮਿਲਾਉਣਾ ਜਾਂ ਕਿਸੇ ਬੰਦੇ ਨਾਲ ਤੁਸੀਂ ਰਾਬਤਾ ਬਣਾਉਣਾ ਥੋੜ੍ਹਾ ਦੂਰੀ 'ਤੇ ਰਹਿ ਕੇ। ਬਹੁਤ ਬਹੁਤ ਧੰਨਵਾਦ, ਦੇਖਦੇ ਰਹੋ ਇਸੇ ਤਰ੍ਹਾਂ ਜਸ ਬ੍ਰੌਡਕਾਸਟਿੰਗ। ਹੋਰ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਤਾਂ surender@justbroadcasting.com 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ।